ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਉੱਗੇ ਵਿਦਵਾਨ ਡਾਕਟਰ ਪਿਆਰਾ لال ਗਰਗ ਮੌਜੂਦ ਨੇ ਗੱਲਬਾਤ ਦਾ ਵਿਸ਼ਾ ਪੰਜਾਬ ਦਾ ਰੇਤ ਮੌਫੀਆ ਪੰਜਾਬ ਸਰਕਾਰ ਨੇ ਐਲਾਨ ਕੀਤਾ ਲੋਕਾਂ ਨੂੰ ਸਸਤੀ ਰੇਤ 5.5 ਰੁਪਏ ਦੇ ਹਿਸਾਬ ਨਾਲ ਕਿ ਦਿੱਤੀ ਜਾਊਗੀ ਸਰਕਾਰ ਆਪਣਾ ਮਾਰਜਿਨ ਕਿੱਥੇ ਰੱਖਦੀ ਹੈ ਜਿਨ੍ਹਾਂ ਦੀਆਂ ਖੱਡਾਂ ਨੇ ਉਹਨਾਂ ਨੂੰ ਕਿੱਥੇ ਮੁਆਫਲ ਮਿਲਣਾ ਹੈ ਇਹਦੇ ਵਿੱਚ ਟਰਾਂਸਪੋਰਟ ਦਾ ਰੋਲ ਕਿਦਾਂ ਦਾ ਹੋਣਾ ਹੈ ਪਰ ਇਸ ਸਭ ਦੇ ਵਿਚਾਲੇ ਵੱਡਾ ਸਵਾਲ ਇਹ ਕਿ ਜਦੋਂ ਨਵਜੋਤ ਸਿੰਘ ਸਿੱਧੂ ਕਾਰਪੋਰੇਸ਼ਨ ਦੇ ਹੱਥਾਂ ਵਿੱਚ ਦੇਣ ਦੀ ਗੱਲ ਕਰਦੇ ਨੇ ਕਿ ਉਧਰਲੇ ਪਾਸੇ ਕਿਉਂ ਨਹੀਂ ਵਧਿਆ ਜਾਂਦਾ ਖਜ਼ਾਨੇ ਨੂੰ ਵੀ ਭਰਨਾ ਹੈ ਭਾਵੇਂ ਉਹ ਸ਼ਰਾਬ ਦੇ ਉੱਤੇ ਹੋਵੇ ਭਾਵੇਂ ਰੇਤ ਉੱਤੇ ਹੋਵੇ 마ਫੀਆ ਨੂੰ ਕੰਟਰੋਲ ਕਰਨਾ ਹੈ 마ਫੀਆ ਚਲਾਕ ਕੌਣ ਰਿਹਾ ਸੀ ਪਿਛਲੇ ਕਈ ਸਾਲਾਂ ਦੇ ਵਿੱਚ 마ਫੀਆ ਦੇ ਉੱਤੇ ਕੰਟਰੋਲ ਕਰਨ ਦੇ ਲਈ ਉਸ 마ਫੀਆ ਤੇ ਕਿੰਨੀ ਕੁ ਨੱਥ ਪਾਈ ਗਈ ਰੇਤੇ ਦੇ ਸਸਤੇ ਹੋਣ ਦੇ ਨਾਲ ਆਮ ਲੋਕਾਂ ਨੂੰ ਕੀ ਰਾਹਤ ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਸਵਾਗਤ ਹੈ ਤੁਹਾਡਾ ਰੱਖ ਸਾਹਿਬ ਸ਼ੁਕਰੀਆ ਜੀ ਬਹੁਤ ਬਹੁਤ ਡਾਕਟਰ ਸਬ ਰੇਤ ਮਾਪੀਏ ਬਾਰੇ ਥੋੜਾ ਜਿਆ ਸਮਝਾਓ ਦਰਸ਼ਕ ਜਾਨਣਾ ਚਾਹਣਗੇ ਕਿ ਇਹ ਦੀ ਪਿਛੋਕੜ ਕੀ ਹੈ ਜਦੋਂ ਸਿੱਧੂ ਸਾਹਿਬ ਤੇਲੰਗਾਨਾ ਦੇ ਨਾਲ ਕੰਪੇਅਰ ਕਰ ਦਿੰਦੇ ਨੇ ਜਦੋਂ ਗੱਲਾਂ ਹੁੰਦੀਆਂ ਕਿ ਪੰਜਾਬ ਦਾ ਰੈਵਨਿਊ ਇਦਾਂ ਵੱਧ ਜਾਣਾ ਇੰਨਾ ਤਾਂ ਆਪਾਂ ਮੋਟਾ ਇਹ ਦੇਖੀਏ ਇਹ ਵੀ ਰੇਤ ਗ੍ਰੇਵਲ ਸੈਂਡ ਗ੍ਰੇਵਲ ਜਨ ਕਿ ਰੋੜੀ ਤੇ ਮਿੱਟੀ ਮੱਡ ਇਹ ਤਿੰਨੇ ਚੀਜ਼ਾਂ ਨੂੰ ਮਾਈਨਿੰਗ ਦੇ ਅੰਡਰ ਆਉਂਦਾ ਇਹ ਇਹ ਮਾਈਨਰ ਮਾਈਨਿੰਗ ਕਿਹਾ ਜਾਂਦਾ ਇਹਨਾਂ ਨੂੰ ਛੋਟੇ ਕਿਸਮ ਦੀ ਮਾਈਨਿੰਗ ਖਨਨ ਦੀ ਨੂੰ ਆਪ ਕਹਿੰਿਆ ਜਿਹੜਾ ਰੇਟ ਆ ਹੁਣ ਸਾਡੇ ਕੋਲ 라ਵੀ ਕੋਲੇ ਬਿਆਸ ਤੇ ਸਤਲੁਜ ਚ ਹੈ ਘੱਗਰ ਚ ਹੈ ਤੇ ਬੜੇ ਜਿਆਦਾ ਜੇ ਤੁਸੀਂ ਆ ਗੜਸ਼ੰਕਰ ਰੋਡ ਤੇ ਦੇਖੋ ਜੇ ਤੁਸੀਂ ਪਠਾਨਕੋਟ ਤੋਂ ਲੈ ਕੇ ਰਾਤ ਨੂੰ ਕਿੰਨੇ ਟੇਪਰੇ ਵੱਡੇ ਵੱਡੇ ਚੱਲਦੇ ਨੇ ਇੱਕ ਟੇਪਰਾ ਜਿਹੜਾ ਉਹ 17000 ਤੋਂ 25000 ਤੱਕ ਹੈ ਟਰਾਡੀਆ ਜਿਹੜੀ ਉਹਦੀ ਕੀਮਤ ਹੈ 4000 ਤੋਂ ਹੁੰਦਾ ਕਿ 5000 ਤੱਕ ਤੇ ਉਹ ਸੈਂਡ ਦੀ ਵੀ ਗ੍ਰੈਵਰ ਦੀ ਮਿੱਟੀ ਦਾ ਜਿਹੜਾ ਟਿਪਰਾ ਉਹ 8 ਤੋਂ ਦੱਸਿਆ ਜਾ ਰਿਹਾ ਤੇ ਜਿਹੜੀ ਮਿੱਟੀ ਦੀ ਟਰਾਲੀ ਹੈ ਉਹ 200 3000 ਹੈ ਸੋ ਜੇ ਅਸੀਂ ਇਹ ਜਿਹੜਾ ਖਨਨ ਦੋ ਤਰੀਕੇ ਇੱਕ ਤਾਂ ਸਰਕਾਰ ਦੇ ਨੇ ਦਰਿਆ ਤਾਂ ਸਰਕਾਰ ਦੇ ਨੇ ਕੁਝ ਕਾਨਾ ਸਰਕਾਰ ਦੀਆਂ ਨੇ ਕੁਝ ਏਰੀਆ ਟੋਕਾਂ ਦੀ ਆਪਣੀ ਜ਼ਮੀਨ ਹੈ ਜਿਹਨੂੰ ਆਪਣੀ ਮਿੱਟੀ ਜੀ ਦੇ ਵਿੱਚੋਂ ਬਹੁਤੀ ਨਿਕਲਦੀ ਹੈ ਮਿੱਟੀ ਉਹ ਪਟਦੇ ਨੇ ਉੱਥੋਂ ਜਾਂਦਾ ਉਹ ਪੱਠਿਆਂ ਨੂੰ ਵੀ ਦੇ ਦਿੰਦੇ ਨੇ ਠੇਕੇ ਤੇ ਮਿੱਟੀ ਵੈਸੇ ਵੀ ਪੱਟੀ ਜਾਂਦੀ ਹੈ ਪੱਠਾ ਜਰਦਾ ਇਹਨਾਂ ਦੋ ਠੇਟਾਂ ਉੱਥੇ ਮਿੱਟੀ ਪੱਟ ਕੇ ਬਣਾਉਂਦਾ ਸੋ ਉਹਦੇ ਵਿੱਚ ਜੇ ਅਸੀਂ ਦੇਖੀਏ ਪਿਛਲੇ ਸਨਿਆਂ ਦੇ ਵਿੱਚ ਇਹ ਸਭ ਨੂੰ ਪਤਾ ਵੀ ਇਹ ਖੱਡਾਂ ਤੋਂ ਕਿੰਨੀ ਆਮਦਨ ਹੁੰਦੀ ਹੈ ਈਵਨ ਆ ਛੋਟੀ ਛੋਟੀ ਖੱਡਾਂ ਕਰਾਲੀ ਦੇ ਨਾਲੇ ਖਾਦੇ 1999 ਦੇ ਵਿੱਚ ਇਹਦੇ ਬੋਡੀ ਦੇ ਉੱਤੇ ਕਿਵੇਂ ਡਾਂਗਾਂ ਚੱਲਦੀਆਂ ਸੀ ਕਿਵੇਂ ਮਾਫੀਆ ਉਦੋਂ ਦੇ ਬਣੇ ਹੋਏ ਸੀ ਇਹ ਜਦ ਅ ਗਵਰਨਰ ਰੂਲ ਸੀ ਇੱਥੇ ਤੇ ਮੈਨੂੰ ਬਹੁਤ ਸਾਰੇ ਬੰਦਿਆਂ ਨੂੰ ਮੈਂ ਪੁੱਛਿਆ ਵੀ ਕਿਵੇਂ ਉਹ ਆ ਇਹਦੇ ਤੇ ਤਸਦੀ ਨੋਟ ਬੰਦੇ ਨੇ ਇੱਥੇ ਤੱਕ ਜਿਹੜਾ ਰਿਪੋਰਟ ਹੈ ਸਨ ਡ੍ਰੌਪ ਆ ਇੱਕ ਜਿਹੜਾ ਸਾਰੀ ਸਟੱਡੀ ਕਰਦਾ ਹੈ ਇਹ ਉਹ ਕਹਿੰਦਾ 20 ਮਿੰਟਾਂ ਦੇ ਵਿੱਚ 20000 ਰੁਪਏ ਬਣ ਜਾਂਦਾ ਘਰ ਤੇ ਜਿੱਥੇ 20 ਮਿੰਟਾਂ 'ਚ 20000 ਬਣਦਾ ਹੋਵੇ ਦੂਜੇ ਪਾਸੇ ਲੋਕ ਭੁੱਖੇ ਮਰਦੇ ਹੋਣ ਸੋ ਪਹਿਲੀ ਗੱਲ ਇਹ ਮਾਫੀਆ ਜਿਹੜਾ ਇਹ ਐਵੇਂ ਇਹਨਾਂ ਨੇ ਆ ਕੇ ਪਹਿਲਾਂ ਤਾਂ 2017 'ਚ ਆ ਗਏ ਇਹਨਾਂ ਨੇ ਆ ਕੇ 18 ਦੇ ਵਿੱਚ ਇੱਕ ਮਾਈਨਿੰਗ ਨੀਤੀ ਬਣਾਈ ਉਹਦੇ 'ਚ ਇਹਨਾਂ ਨੇ ਕਿਹਾ ਵੀ ਸੀ 9 ਰੁਪਏ ਫੁੱਟ ਜਿਹੜਾ ਕਿ ਉਹ ਇੱਕ ਫੁੱਟ ਹੋਏਗਾ ਸੈਂਟਸ ਗ੍ਰੇਵਲ ਦਾ ਰੇਟ ਤੇ ਉਹਦੇ ਉੱਤੇ ਐਡੀਸ਼ਨਲ ਚਾਰਜ ਲੱਗਣਗੇ ਟਰਾਂਸਪੋਰਟ ਦੇ ਹਿਸਾਬ ਨਾਲ ਕਿੰਨਾ ਖਰਚਾ ਪੈਂਦਾ ਇਤੋਂ ਵੱਧ ਤੋਂ ਇਹ ਵੇਚਿਆ ਨਹੀਂ ਜਾ ਸਕਦਾ ਇਹ ਵੇਚਣ ਦੇ ਰੇਟ ਇਹਨਾਂ ਨੇ ਲਾਤੇ ਹੁਣ 9 ਰੁਪਏ ਆਪ ਲੈਣੇ ਸੀ ਉੱਥੋਂ ਜਾਂ 9 ਰੁਪਏ ਦੇ ਵਿੱਚ ਟਰਾਂਸਪੋਰਟਰ ਲਾ ਕੇ ਵੇਚਣੇ ਸੀ ਵਿੱਚ ਗਾਹ ਮਨਾਫਾ ਹੋਦਾ ਇਹ ਸਾਰਾ ਕੁਝ ਸੀ ਫਿਰ ਇਹਨਾਂ ਨੇ ਵੀ ਅਸੀਂ ਜੀ ਇਹਨਾਂ ਦੀ ਆਕਸ਼ਨ ਕਰਾਂਗੇ ਅਸੀਂ ਫਲਾਣਾ ਕਰਾਂਗੇ ਮੈਂ ਤੁਹਾਨੂੰ ਪਿਛਲੇ ਨਾ ਤਕਰੀਬਨ 8-9 ਸਾਲ ਦਾ ਜਿਹੜੀ ਇਹਨਾਂ ਨੂੰ ਆਮਦਨ ਹੋਈ ਹੈ ਜੀ 2012-13 ਵਿੱਚ 24 ਕਰੋੜ ਦੀ ਆਮਦਨ ਹੋਈ ਸਿਰਫ 2012 ਪਰਿਅਦ ਗਾਰੰਟੀ ਰ 13 14 ਚ ਤਿੰਨ ਕੋ ਇਹ ਇਹਨਾਂ ਦੇ ਸਰਕਾਰੀ ਅੰਕੜੇ ਨੇ ਬਜਟ ਦੇ ਅੰਕੜੇ ਨੇ ਜਿਹੜੇ ਪਾਸ ਹੋ ਚੁੱਕੇ ਵੀ ਹਾਂ ਇੰਨੀ ਆਮਦਨ ਹੋਈ ਆ ਕਿਤਾਬਾਂ ਜਮ੍ਹਾਂ ਹੋ ਚੁੱਕੇ ਜਿਵੇਂ ਤੁਸੀਂ ਆਪ ਦਾ ਆਪਾ ਦੇਖ ਨਹੀਂ ਲੈਂਦੇ ਵੀ ਹਾਂ ਜੀ ਇੰਨੇ ਪੈਸੇ ਆ ਗਏ ਬਿਲਕੁਲ ਇਹ ਐਸਟੀਮੇਟ ਨਹੀਂ ਹੈਗੇ ਇਹ ਜਿਹੜੇ ਪਾਸ ਹੋ ਚੁੱਕਾ ਪਾਸ ਹੋ ਵੀ ਹਾਂ ਜੀ ਨਾ ਆਇਆ 12 13 ਦੇ ਵਿੱਚ 24 ਕਰੋੜ ਆਇਆ 13 14 ਚ 3 ਕਰੋੜ ਆਇਆ 14 15 ਚ 86 ਕਰੋੜ ਆਇਆ 15 16 ਚ 56 ਕਰੋੜ ਆਇਆ 16 17 ਚ 42 ਕਰੋੜ ਆਇਆ 17 18 ਚ 122 ਕਰੋੜ 400 ਕਰੋੜ ਦਾ ਅੰਦਾਜ਼ਾ ਸੀ 122 ਕਰੋੜ ਆਇਆ ਤੇ 18 19 ਸਿਰਫ 36 ਕਰੋੜ ਆਇਆ 500 ਕਰੋੜ ਦਾ ਅੰਦਾਜ਼ਾ ਸੀ 36 ਕਰੋੜ 36 ਓਨਲੀ ਤੇ 19 20 ਦੇ ਵਿੱਚ 200 ਕਰੋੜ ਦਾ ਸੀ ਉਹਦੇ ਵਿੱਚੋਂ 90 ਕਰੋੜ ਆਇਆ ਹੈ 20 ਕੀ ਦੇ ਵਿੱਚ 133 ਕਰੋੜ ਦਾ ਅੰਦਾਜ਼ਾ ਹੈ ਰਿਵਾਈਜ਼ ਹੋਇਆ ਪਹਿਲਾਂ 386 6 ਕਰੋੜ ਦਾ ਸੀ ਹੁਣ ਇਕ ਤੋਂ ਤਰਾ ਸਿਕੁਰ ਦਾ 21 ਬਾਈ ਜਿਹੜਾ ਆ ਸਾਲ ਬਜਟ ਪੇਸ਼ ਕਰਿਆ ਉਹਦਾ ਅੰਦਾਜ਼ਾ ਹੈਗਾ ਵੀ 228 ਕਰੋੜ ਮਾ ਪਾ ਜੀ ਆ ਅੰਦਾਜ਼ਾ ਲਾਇਆ ਵੀ ਜਿਹੜਾ 14 15 86 ਕਰੋੜ ਸੀ ਉਹਦਾ 228 ਇਹ ਤੋਂ 3 ਗੁਣਾ ਤੋਂ ਉਹੀ ਪਾ ਚੀਜ਼ਾਂ ਦੇ ਵੇਸੇ ਵਧ ਗਏ ਜਿਹੜਾ ਰੇਟਾ ਜਿੰਨਾ ਜ਼ਿਆਦਾ ਖਨਨ ਸ਼ੁਰੂ ਹੋਇਆ ਹੈ ਜਿੰਨੀ ਜ਼ਿਆਦਾ ਕੰਸਟਰਕਸ਼ਨ ਹੋਈ ਹੈ ਉਹਦਾ ਹਿਸਾਬ ਹੀ ਨਹੀਂ ਸੋ ਇੱਕ ਤਾਂ ਇਹਨਾਂ ਦੇ ਅੰਦਾਜ਼ੇ ਜਿਹੜੇ ਲਾਉਂਦੇ ਨੇ ਇਹਦਾ ਮਤਲਬ ਅੰਦਾਜ਼ੇ ਕਿਤੇ ਨਾ ਕਿ ਸਾਰੀ ਗਣ ਬਣਾਏ ਸਾਰਾ ਕੁਝ ਇਹਨਾਂ ਦੇ ਮਾਈਨਿੰਗ ਅਫਸਰ ਨੇ ਹੋਰ ਨੇ ਇਹ ਸਭ ਪੋਲਿਟਿਸ਼ ਨੇ ਸਭ ਰਲੇ ਹੋਏ ਨੇ ਪਹਿਲੀ ਗੱਲ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਂਦੇ ਨੇ ਬਿਲਕੁਲ ਹੁਣ ਕਿਉਂ ਜ਼ਰੂਰਤ ਹੈ ਜ਼ਰੂਰਤ ਇਹ ਆਇਆ ਵੀ ਇਹ ਸਰਕਾਰ ਦੀ ਇੱਕ ਐਸਟ ਹੈ ਇਸ ਐਸੈਟ ਨੂੰ ਵੇਚਣ ਦਾ ਇੱਕ ਤਰੀਕਾ ਲੋਕਾਂ ਨੂੰ ਹੀ ਲੋੜ ਵਿੱਚ ਆਈ ਰਹੀ ਹੈ ਸ਼ਰਾਬ ਤਾਂ ਫਿਰ ਵੀ ਅਗਲਾ ਸ਼ੌਕ ਨਾਲ ਪੀਂਦਾ ਹੈ ਇਹ ਤਾਂ ਸ਼ੌਕ ਨਹੀਂ ਨਾ ਇਹ ਤਾਂ ਉਹਦੀ ਨੀਡ ਹੈ ਛੋਟਾ ਜਿਹਨੇ ਕਮਰਾ ਵੀ ਬਣਾਉਣਾ ਹੈ ਉਹਦੀ ਵੀ ਲੋੜ ਹੈ ਸਰਕਾਰ ਨੂੰ ਆਪ ਵੀ ਲੋੜ ਹੈ ਵੱਡੀ ਕੰਸਟਰਕਸ਼ਨ ਕਰਨ ਦੀ ਹੈ ਸੋ ਇਹਦੇ ਵਿੱਚ ਸਭ ਤੋਂ ਵੱਡਾ ਜ਼ਰੂਰੀ ਇਹ ਸੀ ਸਰਕਾਰ ਨੇ ਸਿਸਟਮ ਕੀ ਕੱਢ ਲਿਆ ਜਿਹੜੀ ਸਭ ਤੋਂ ਵੱਡਾ ਨੁਕਸਾਨ ਹੋਇਆ ਸਰਕਾਰ ਜੇ ਆਪਦਾ ਮਹਿਕਮਾ ਖੜਾ ਵੀ ਕਰ ਰਹੀ ਦੀ ਉਹ ਗਾਂ ਠਿੱਕੇ ਚ ਦੇ ਨੱਕ ਜਾਂਦੇ ਨੇ ਆ ਹੈਲਥ ਸਿਸਟਮ ਕਾਰਪੋਰੇਸ਼ਨ ਬਣਾ ਲਈ ਆਪਦੇ ਇੰਜੀਨੀਅਰ ਵੀ ਲਾ ਲਈ ਉਹ ਕਮਿਸ਼ਨ ਨਾਂ ਤੇ ਲੱਗੇ ਹੋਏ ਨੇ ਗਾਹਾਂ ਬਿਲਡਿੰਗ ਦਾ ਤਾਂ ਠੇਕੇ ਜਿੰਦੇ ਨੇ ਗਾਹਾਂ ਠੇਕੇਦਾਰ ਨੂੰ ਉਦੋਂ ਪੈਸੇ ਲੈ ਲੈਂਦੇ ਨੇ ਉਹ ਦੁੱਗਣਾ ਰੇਟ ਲਾਣ ਲੱਗੇ ਦੁੱਗਣਾ ਰੇਟ ਬਾਦਲ ਸਾਹਿਬ ਮੁੱਖ ਮੰਤਰੀ ਸੀਗੇ ਬਾਦਲ ਸਾਹਿਬ ਦੇ ਬਾਦਲ ਪਿੰਡ 'ਚ ਹਸਪਤਾਲ ਬਣਿਆ ਮੈਂ ਉੱਥੇ ਦੇਖ ਕੇ ਆਇਆ ਕਿ ਉਹ ਦੁੱਗਣਾ ਰੇਟ ਤੇ ਬਣਿਆ ਹੋਇਆ ਸੀ ਜੋ ਪੀਡਬਲੂ ਦਾ ਪਾਸ ਰੇਟ ਸੀ ਉਦੋਂ ਦੁੱਗਣਾ ਰੇਟ ਤੇ ਸੀ ਉਹ ਬਿਲਡਿੰਗਾਂ ਵੀ ਟੁੱਟ ਰਹੀਆਂ ਨੇ ਹੈਲਥ ਸਿਸਟਮ ਕਾਰਪੋਰੇਸ਼ਨ ਨਾਲ ਡੁੱਟਦਾ ਸਾਧਨ ਬਣੀ ਹੋਈ ਹੈ ਸੋ ਜਦ ਤੁਸੀਂ माफिए ਆਪ ਹੀ ਕ੍ਰੀਏਟ ਕਰਨੇ ਨੇ ਮਾਫੀਏ ਪੈਦਾ ਕਰਨੇ ਨੇ ਉਹਨਾਂ ਦੇ ਕਿਉਂਕਿ ਆਮਦਨ ਹੋਣੀ ਹੈ ਲੋਕ ਹੋਰ ਗਰੀਬ ਕਿਉਂ ਹੋ ਰਹੇ ਨੇ ਪਹਿਲਾ ਇਹ ਗੱਲ ਸਮਝੋ ਸੁਖਵਿੰਦਰ ਜੀ ਖਜ਼ਾਨਾ ਖਾਲੀ ਕਿਉਂ ਹੈ ਲੋਕ ਗਰੀਬ ਕਿਉਂ ਹੋ ਰਹੇ ਨੇ ਕਿਉਂਕਿ ਮੁਲਾਜ਼ਮ ਵੱਡਾ ਬਿਜ਼ਨਸਮੈਨ ਪੋਲੀਟੀਸ਼ੀਅਨ ਤੇ ਅਫਸਰ ਇਹ ਸਾਰਿਆਂ ਦਾ ਇੱਕ ਨਾਪਾਕ ਗੱਠਜੋੜ ਹੈ ਫਿਰ ਕਹਿੰਦਾ ਮੈਂ ਦਮਾਰਾ ਮੁਲਾਜ਼ਮ ਕੋਈ ਕਹੂਗਾ ਦੁਖੀ ਹੋਣਗੇ ਮੁਲਾਜ਼ਮ ਇਤੋਂ ਮੁਲਾਜ਼ਮ ਅਫਸਰ ਵੱਡਾ ਬਿਜ਼ਨਸਮੈਨ ਤੇ ਸਿਆਸਤਦਾਨ ਇਹਨਾਂ ਦਾ ਨਾਪਾਕ ਗੱਠਜੋੜ ਹੈ ਜਿਹੜਾ ਪੂਰੇ ਪੰਜਾਬ ਦੇ ਹਰ ਸਰੋਤ ਨੂੰ ਰੁੱਟ ਰਿਹਾ ਹੈ ਚਾਹੇ ਉਹ ਜਿਹੜੇ ਐਕਸਾਈਜ਼ ਜੋਟੀਆਂ ਸ਼ਰਾਬ ਵਗੈਰਾ ਤੋਂ ਨਹੀਂ ਉਹਦੀ ਗੱਲ ਹੈ ਚਾਹੇ ਉਹ ਰੇਤ ਹੈ ਚਾਹੇ ਉਹ ਬਜਰੀ ਹੈ ਚਾਹੇ ਉਹ ਮਿੱਟੀ ਹੈ ਚਾਹੇ ਉਹ ਪਾਣੀ ਹੈ ਚਾਹੇ ਉਹ ਨੌਕਰੀਆਂ ਦੇਣ ਦਾ ਮਾਮਲਾ ਹੈ ਚਾਹੇ ਉਹ ਦਵਾਈਆਂ ਦਾ ਹੈ ਦਵਾਈਆਂ ਖਰੀਦਣ ਦਾ ਜਾਂ ਵੇਚਣ ਦਾ ਦੋਨੇ ਪਾਸੇ ਚਾਹੇ ਉਹ ਫੂਡ ਸਿਕਿਉਰਟੀ ਦਾ ਮਾਮਲਾ ਹੈ ਚਾਹੇ ਉਹ ਸੇਤ ਸਵਾਵਾਂ ਦਾ ਚਾਹੇ ਉਹ ਸਿੱਖਿਆ ਦਾ ਹਰ ਪਾਸੇ mafia ਇਹ ਸਿੱਧੂ ਸਾਹਿਬ ਨੂੰ ਤਾਂ 2-3 mafia ਦਿਖਦੇ ਨੇ 4 ਦਿਖਦੇ ਨੇ 5 ਦਿਖਦੇ ਨੇ ਟ੍ਰਾਂਸਪੋਰਟ ਦਾ mafia ਦਿਖਦਾ ਉਹਨਾਂ ਨੂੰ ਇਹ ਸਾਰੀ mafia ਬਣੇ ਹੋਏ ਨੇ ਅਜੇ ਇਹ ਉਹ ਡਿਟੇਲ ਚ ਸਟੱਡੀ ਕਰਦਾ ਨਹੀਂ ਕੋਈ ਕਿਉਂਕਿ ਮੈਂ ਮੈਂਕ ਮੇ ਦਾ ਹਰ ਚੀਜ਼ ਜੀ ਥੋੜੀ ਜੀ ਮੇਰੀ ਆਦਤ ਹੈ ਹੁੰਦੀ ਦੇਖਣ ਦੀ ਔਰ ਇਹ ਮੈਂ ਸਿੱਖੀ ਸਾਡੇ ਪਿੰਨ ਦੇ ਕਾਨਪੜ ਬੰਦੇ ਤੋਂ ਉਹ ਅੰਦਾਜ਼ਾ ਲਾਈ ਜਾਂਦਾ ਵੀ ਪਿੰਨ ਚ ਚਾਹ ਪੱਤੀ ਕਿੰਨੀ ਵਿਕਦੀ ਹੈ ਪਿੰਡ ਚ ਲੋਕ ਸਿਕਟਾ ਕਿੰਨੀਆਂ ਪੀ ਜਾਂਦੇ ਨੇ ਪੂਰੇ ਪਿੰਡ ਦਾ ਉਹਦੇ ਕੋਲ ਹਿਸਾਬ ਹੁੰਦਾ ਵੀ ਇੰਨੇ ਡੱਬੇ ਸਿਕਟਾ ਦੇ ਪੀ ਜਾਂਦੇ ਨੇ ਇੰਨੀਆਂ ਬੀਜੀਆਂ ਪੀ ਜਾਂਦੇ ਐਨਾ ਜਰਦਾ ਚੱਬ ਜਾਂਦੇ ਨੇ ਇੰਨੀ ਚਾਹ ਪੱਤੀ ਲੱਗ ਜਾਂਦੀ ਹੈ ਪਿੰਡ ਚ ਅੰਕੜਾ ਹੁੰਦਾ ਸੀ ਉਹ ਸੋ ਮੈਂ ਤਾਂ ਕਹਿਣਾ ਮੈਂ ਸੋਚਿਆ ਜਾਂ ਨਹੀਂ ਗੱਲਾਂ ਤਾਂ ਚੰਗੀਆਂ ਨੇ ਤਾਂ ਮੈਂ ਦੱਸਦਾ ਮੈਂ ਸਾਰੇ ਲਿਖਦਾ ਇਹ ਜਿਹੜੀ ਮਾਈਨਿੰਗ ਪਾਲਿਸੀ ਪਹਿਲੀ ਕਰਦੇ ਇਹਨਾਂ ਨੂੰ ਪੁੱਛੇ ਵੀ 2017 ਤੋਂ ਜਿਹੜੀ ਸਰਕਾਰ ਆ ਗਈ ਫਰਵੀਚ ਤੁਹਾਨੂੰ 2016 ਤੱਕ ਉਹਦੀ ਕਰਨੀ ਪਈ ਸੀ ਚਾਰ ਲਾਈਨਾਂ ਲਿਖਣ ਵਾਸਤੇ ਜੀ ਫਿਰ ਇਸ ਤੋਂ ਕਿ ਜੇ ਇਹਨਾਂ ਨੂੰ ਪੁੱਛੇ ਤਾਰਾਉਣੀ ਕੇ ਨਾਲ 36 ਕਰੋੜ ਆਮਦਨ ਹੋਈ ਹੈ 14 15 ਚ 86 ਕਰੋੜ ਕਾਦੀ ਸਰਕਾਰ ਕਾਦੀ ਬੀਜੇਪੀ ਚ ਇਹਨਾਂ ਦੀ ਜਿੱਤ ਕੇ ਕਹਿੰਦੇ ਅਸੀਂ ਮਾਫੀਆ ਜ਼ੂਰ ਕਰਿਆ ਉੱਥੇ 36 ਕਰੋੜ ਲਿਖਦੇ ਨੇ ਇਹ ਕਿਵੇਂ ਆ ਇਹ ਕੀ ਗੱਲ ਹੈ 86 ਤੋਂ 36 ਠੀਕ ਹੈ ਸੋ ਇਸ ਕਰਕੇ ਜੇ ਅਸੀਂ ਸੋਚੀਏ ਜੇ ਅਸੀਂ ਸਮਝੀਏ ਕਿ ਕਾਇਰਤੀ ਰਹੇ ਨਹੀਂ ਉਹਦੇ ਵਿੱਚ ਬੜੀ ਵੱਡੀ ਕਿਤੇ ਨਾ ਕਿਤੇ ਕਪੜੇ ਵਾਜੀ ਹੈ ਸ਼ੁਰੂ ਸ਼ੁਰੂ ਚ ਆ ਕੇ 17 18 ਕੀ 122 ਕਰੋੜ ਕਰਿਆ ਇਹਨਾਂ ਨੇ ਜਿਹੜਾ ਤਕਰੀਬਨ ਜਿੰਨਾ ਹੁਣ ਤੱਕ ਆਮਦਨ ਹੋਈ ਉਹ ਚੋਂ ਸਭ ਤੋਂ ਜ਼ਿਆਦਾ ਹੈ ਕਿਉਂਕਿ ਆਈਆਈਸੀ ਅਜੇ ਵੀ ਯਾਰ ਕੁਛ ਨਾ ਕਰੋ ਇਹ ਹੁੰਦਾ ਨਾ ਜਿਵੇਂ ਰਿਸ਼ਵਤ ਦੇਣ ਵਾਲੇ ਵੀ ਜਿਹੜੇ ਬੰਦੇ ਠੱਗੀ ਮਾਰਦੇ ਉਹ ਵੀ ਯਾਰ ਇੱਥੇ ਕੀ ਐਂ ਕਰੋ ਇੱਥੇ ਥੋੜੀ ਘੱਟ ਮਾਰ ਲਓ ਰੋਲਾ ਪਿਆ ਹੋਇਆ ਉਹ ਪਹਿਲੇ ਸਾਲ 122 ਕਰੋੜ ਲੈ ਲਿਆ ਅਗਲੇ ਸਾਲ ਉਹੀ ਘਟਾਤਾ ਵੀ ਯਾਰ ਤੁਹਾਡਾ ਪਿਛਲੇ ਸਾਲ ਅਸੀਂ ਇੰਨਾ ਦਿੱਤਾ ਹੁਣ ਇੱਥੇ ਹੁਣ ਕਿਹੜਾ ਕਿਸੇ ਨੂੰ ਪੁੱਛਣਾ ਹੈ ਉਹ 33 ਕਰੋੜ ਰਹਿ ਗਿਆ ਉਹ ਤੋਂ ਅਗਲੇ ਸਾਲ 20 ਕਰੋੜ ਰਹਿ ਗਿਆ ਤੁਸੀਂ ਇੱਥੋਂ ਆ ਤਿੰਨ ਸਾਲ ਤੁਸੀਂ ਪਹਿਲੇ ਛੱਡ ਵੀ ਲਿਓ ਇਹ ਕਿੰਨਾ ਸਾਲਾਂ ਤੋਂ ਪਤਾ ਲੱਗ ਜਾਂਦਾ ਵੀ 18-18 ਕੇ 122 ਕਰੋੜ ਕਿਉਂ ਹੋ ਗਿਆ ਕਿਉਂਕਿ ਰੋੜਾ ਪਿਆ ਹੋਇਆ ਸੀ ਵੀ ਜੜ ਤੁਹਾਡੇ ਕੰਨੇ ਹੋਣਾ ਹੈ ਜਿਹੜੀ ਕੋਈ ਨਹੀਂ ਤੋੜਾ ਕੱਟ ਕਰੋ ਇਹ ਮੈਂ ਜਾਣਦਾ ਮੈਂ ਆਪ ਮੈਂ ਰੋਜ਼ ਲੋਕਾਂ ਚ ਖੇਡਦਾ ਇਹਨਾਂ ਮਾਮਲਿਆਂ ਚ ਜਿਹੜੇ ਬੰਦੇ ਰਿਸ਼ਵਤ ਵੰਦੇ ਨੇ ਮੈਂ ਨੱਕ ਦੇ ਰਿਸ਼ਵਤ ਨਹੀਂ ਆ ਦਿੱਤੀ ਹੈ ਪਰ ਮੈਨੂੰ ਪਤਾ ਸਭ ਕੁਝ ਹੈ ਇਹ ਕਰਦੇ ਕਿਵੇਂ ਨੇ ਹਿਰਾ ਫੇਰੀ ਕਿਵੇਂ ਕਰਦੇ ਨੇ ਠੱਗੀ ਕਿਵੇਂ ਕਰਦੇ ਨੇ ਇਹ ਠੱਗੀਆਂ ਜਿਹੜੀਆਂ ਨੇ ਇਹ ਮਿਲ ਕੇ ਮਾਰੀਆਂ ਜਾਂਦੀਆਂ ਨੇ ਤੁਸੀਂ ਐ ਘੋੜ ਤੁਸੀਂ ਸ਼ਿਕਾਇਤ ਕਰ ਦੋ ਬਿਜਲੀ ਦੀ ਸ਼ਿਕਾਇਤ ਕਰਦੋ ਕਿ ਇਹ ਚੋਰੀ ਹੁੰਦੀ ਹੈ ਉਹਦੀ ਚੋਰੀ ਨਹੀਂ ਫਰਨੀ ਤੁਹਾਡੇ ਮੀਟਰ ਦੀ ਕਰਕੇ ਵੀ ਟੁੱਟਸੀ ਟੁੱਟੀ ਹੋਈ ਸੀ ਜੀ ਤੁਹਾਡੇ ਕੋਲ ਨਹੀਂ 100 ਰੁਪਏ ਦਾ ਬਿੱਲ ਤੇ ਜੀ ਦੰਗੇ ਮੁੜ ਕੇ ਤੁਸੀਂ ਕਹੋਗੇ ਕਹਿੰਗੇ ਪਹਿਲਾਂ ਪੈਸੇ ਭਰੋ ਜੀ ਨਹੀਂ ਤਾਂ ਅਸੀਂ ਤੁਹਾਡਾ ਕਨੈਕਸ਼ਨ ਕੱਟ ਦੇਣਾ ਬਾਅਦ ਵਿੱਚ ਤੁਸੀਂ ਆਪਦੀ ਦਾਦੇਵਾਰ ਜੀ ਆ ਜਦ ਚੋਰ ਤੇ ਕੁੱਤੀ ਰਲੇ ਹੋਣ ਜਦ ਚੋਰ ਤੇ ਚੌਕੀਦਾਰ ਰਲੇ ਹੋਣ ਰਾਖਾ ਕੌਣ ਹੋਏਗਾ ਸਾਰੇ ਪਾਸੇ ਚੋਰੀ ਹੋ ਰਹੀ ਹੈ ਮਿਲ ਕੇ ਚੋਰੀ ਹੋ ਰਹੀ ਹੈ ਤਾਂ ਮੈਂ ਕਹਣਾ ਇਹ ਇਹ ਵਿਕਦੀਆਂ ਨਹੀਂ ਖੱਡਾ ਇਹ ਨਹੀਂ ਹੈ ਇਹ ਵਿਕਦੀਆਂ ਹੁਣ ਵੀ ਨਹੀਂ ਹੁਣ 2 ਨੰਬਰ ਚ ਵਿਕਦੀਆਂ ਨੇ ਮੇਰਾ ਭਾਈ ਤੈਨੂੰ ਐਨੇ ਫੁੱਟ ਦੇ ਵਿੱਚੋਂ ਤੂੰ ਸੱਤ ਨੂੰ ਤੋਂ ਕੱਢੀ ਆਂ ਐਨੇ ਪੈਸੇ ਮੰਦੀ ਦੀ ਠੀਕ ਹੈ ਰਸਤੇ 'ਚ ਫੜਿਆ ਗਿਆ ਉਹ ਜਰਮਨ ਜਰਮਨਾ ਤੂੰ ਆਪੇ ਦੇਣਾ ਬਾਕੀ ਮੈਂ ਤੈਨੂੰ ਛਡਾਉਂਦੀ ਜਿਵੇਂ ਖੱਟੜ ਨੇ ਕਹਤਾ ਸੀ ਨਾ ਮਾਰ ਸਿਰ ਪਾਰ ਦੋ ਤੇ ਅਸੀਂ ਛਡਾਲਾਂਗੇ ਨਹੀਂ ਤਾਂ 2-4 ਮਹੀਨੇ ਜੇਲ੍ਹ ਕੱਟਿਆ ਹੋਗੇ ਸੱਚ ਮੁੱਚ ਇਹ ਮਾਫੀਆ ਚ ਹੀ ਕੁਝ ਕਰਦੇ ਨੇ ਵੀ ਪੱਟੀ ਜਾਓ ਯਾਰ ਪੈਸੇ ਸਾਨੂੰ ਦੇ ਦਿਓ ਪਹਿਲੀ ਗੱਲ ਅਸੀਂ ਤੁਹਾਨੂੰ ਫਸਣ ਨਹੀਂ ਦਿੰਦੇ ਜੇ ਫਸ ਗਏ ਛਡਾਲਾਂਗੇ ਜੇ ਨਾ ਛੜਾਏਗੇ ਯਾਰ 2 ਮਹੀਨੇ ਦੀ ਜੇਲ੍ਹ ਹੋ ਜੂ ਜਾਂ ਜੁਰਮਾਨਾ ਹੋ ਜੂ ਉਹਨਾਂਕ ਦੇ ਦਿਓ ਤਾਂ ਸਭ ਕੁਝ ਹੈ ਨਹੀਂ ਆ ਵੀ ਮੈਂ ਮੈਂ ਜਿਹੜੀ ਬੇਨਤੀ ਕਰ ਰਿਹਾ ਇਹ ਹੈ ਨਹੀਂ ਆ ਵੀ ਖੱਟੜ ਨੇ ਇਕੱਲੇ ਨੇ ਕਿਸਾਨਾਂ ਤੇ ਕਿਹਾ ਇਹ ਸਾਰੀ ਮਾਫੀਏ ਨੇ ਉਹ ਵੀ ਮਾਫੀਏ ਦੀ ਗੱਲ ਕਰਦਾ ਸੀ ਇਹ ਵੀ ਮਾਫੀਏ ਨੇ ਇਹਹੀ ਕੁਝ ਕਰਦੇ ਨੇ ਸੋ ਖਾਨਨ ਦੇ ਉੱਤੇ ਜਿਹੜਾ ਚੰਨੀ ਸਾਹਿਬ ਹੁਣ ਕਹਿੰਦੇ ਨੇ ਸੀ ਜੀ 9 ਰੁਪਏ ਤੋਂ ਘਟਾ ਕੇ ਸਾਢੇ ਪੰਜ ਕਰਤਾ ਟਰਾਂਸਪੋਰਟ ਨਾਲ ਅਸੀਂ ਗੱਲ ਕਰ ਲਾਂਗੇ ਜਿਹੜੇ ਨੁਕਤੇ ਹੋਰੀ ਉਹਦਾ ਕੀ ਕਰਨਗੇ ਜਿਹੜੇ ਆਜ ਬਿਜਲੀ ਬੋਰਡ ਦੀ ਰਿਪੋਰਟ ਹੈ ਕਿ ਜੀ ਸਾਡੇ ਤਾਂ ਪੋਲ ਜਿਹੜੇ ਉਹਨਾਂ ਦੇ ਆਲੇ ਦੁਆਲੇੋਂ ਮਿੱਟੀ ਕੱਢੀ ਜਾਂਦੇ ਨੇ ਜਿਹੜੇ ਰਾਵੀ ਬਿਆਸ ਦੇ ਉੱਤੇ ਪੁਲ ਬਨੇ ਹੋਏ ਨੇ ਉਹ ਥੱਦੇ ਢੇਢੇ ਉਹ ਹਾਲਾਂਕਿ ਖੂਹਾਂ ਪਟਕੇ ਡਾਈ ਹੁੰਦੇ ਨੇ ਪਰ ਜੇ ਤੁਸੀਂ ਉੱਥੋਂ ਮਿੱਟੀ ਕੱਢੀ ਜਾਓਗੇ ਫਿਰ ਗੜਬੜ ਹੋਏਗੀ ਸਾਰੀ ਕਿ ਜਿਹੜੇ ਹੜੰਦ ਨੇ ਕਿਤੇ ਤੁਸੀਂ ਜਿਆਦਾ ਡੂੰਘਾ ਕਰਤਾ ਕਿਤੇ ਘੱਟ ਡੂੰਘਾ ਉਹਦੇ ਨਾਲ ਫਿਰ ਸਾਰੇ ਉਹ ਕਿਨਾਰੇ ਗੜ ਉਹ ਕਿਨਾਰੇ ਤੋੜ ਦਿੰਦੇ ਨੇ ਇਹ ਕਿਨਾਰੇ ਨੂੰ ਵੀ ਬਿਲਕੁਲ ਜਿਹੜੀ ਰੇਤ ਕੱਢਣੀ ਆ ਉਹ ਸੈਂਟਰ ਚੋਂ ਕੱਢਣੀ ਆ ਉਹ ਕਿਨਾਰੇ ਤੋਂ ਨਹੀਂ ਕੱਢਣੀ ਕਿਉਂਕਿ ਕਿਨਾਰਾ ਦਾ ਟੁੱਟ ਗਿਆ ਜੇ ਕਿਨਾਰੇ ਤੋਂ ਕੱਢੋਗੇ ਨਾਲੇ ਤਾਂ ਤੁਸੀਂਾਂ ਦੇ ਪੈਸੇ ਖਰਚ ਕਰ ਕਰਕੇ ਜੀ ਅਸੀਂ ਹੜ ਰੋਕਣ ਵਾਲਾ ਮਹਿਕਮਾ ਉਹ ਵੀ ਖੁਸ਼ ਇਰੀਗੇਸ਼ਨ ਵਾਲੇ ਆ ਗਿਆ ਪਤਾ ਹੜ ਰੋਕਣ ਵਾਲੇ ਵੀ ਆਪਾਂ ਤਾਂ ਹੜ ਰੋਕ ਰਿਹਾ ਜੀ ਉੱਥੇ ਤੁਸੀਂਾਂ ਹੀ ਬਣਾਈ ਜਾਂਦੇ ਦਿਖਾਉਣ ਨੂੰ ਇਹ ਤੁਸੀਂਾਂ ਤੋੜੀ ਜਾਂਦੇ ਨੇ ਉਹ ਬਣਾਈ ਜਾਂਦੇ ਨੇ ਉਹ ਤਾਂ ਚਾਹੁੰਦੇ ਨੇ ਇਰੀਗੇਸ਼ਨ ਵਾਲੇ ਵੀ ਤੁਸੀਂਾਂ ਟੁੱਟਣਾ ਕਿਉਂਕਿ ਜੇ ਬਿੱਬੀ ਭਾਣੇ ਛੱਕਾ ਟੁੱਟਿਆ ਸੋ ਇਹ ਖਾਨਣ ਦਾ ਮਾਫੀਆ ਕਈ ਪਾਸੇ ਰਲਿਆ ਹੋਇਆ ਚਲੋ ਇਸ ਤੋਂ ਵੀ ਹਾਂਜੀ ਮੈਂ ਤਾਂ ਸੋਚਿਆ ਕਿ ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਗੱਲ ਇੱਕ ਬਜਰੀ ਦੀ ਵੀ ਕੀਤੀ ਸੀ ਰੇਤੇ ਬਜਰੀ ਤੋਂ ਘੱਟੋ-ਘੱਟ ਸਾਲਾਨਾ ਤੁਹਾਨੂੰ ਕੀ ਲੱਗਦਾ ਕਿ ਕਿੰਨੀ ਕੁ ਕਮਾਈ ਹੋ ਸਕਦੀ ਹੈ ਘੱਟੋ-ਘੱਟ ਵੀ ਜੇ ਆਪਾਂ ਲਈਏ ਸਵਾਲ ਘੱਟੋ-ਘੱਟ ਦਾ ਤਾਂ ਆਵੇ ਨਾ ਜਦ ਇਹ ਅੰਕੜੇ ਦੇਣਗੇ ਘੱਟੋ-ਘੱਟ ਕਮਾਈ ਤਾਂ ਤੁਹਾਨੂੰ ਮੈਂ ਦੱਸਦਾ ਵੀ ਇੱਕ ਟਿਪਰ ਇੱਕ ਟਿਪਰ 17000 ਤੋਂ 25000 ਚ ਜਾ ਰਿਹਾ ਹੈ ਜੇ ਇੱਕ ਟਿਪਰ 17000 ਤੋਂ 25000 20000 ਚ ਜਾ ਰਿਹਾ ਹੈ ਰੋਜ਼ ਰਾਤ ਨੂੰ ਕਿਉਂ ਟਿਪਰ ਨਿਕਲਦੇ ਨੇ ਤੁਸੀਂ ਮੈਂ ਕਈ ਵਾਰੀ ਸੀ ਵੇਟ ਹੋ ਜਾਂਦੇ ਆਉਂਦੇ ਜਾਂਦੇ ਆ ਹੁਣ ਪਿੱਛੇ ਨਾ ਜਾਂਦੇ ਸੀ ਅਸੀਂ ਪਿੰਡ ਵਿੱਚ ਆਉ ਪੰਜਾਬ ਵਿਚ ਆਉਂ ਚ ਜੇ ਉਹ ਆਉਂਦੇ ਹੋਏ ਅਸੀਂ ਜਿਹੜੀ ਇੱਧਰ ਖਾਸ ਕਰਕੇ ਪਠਾਨਕੋਟ ਵੱਲੋਂ ਹੁਸ਼ਿਆਰਪੁਰ ਵੱਲੋਂ ਜਾਂ ਜਲੰਧਰ ਵੱਲ ਆਉਂਦੇ ਸੀ ਤਾਂ ਉਹ ਰੋਡ ਦੇ ਉੱਤੇ ਆ ਰਾਤ ਨੂੰ ਟਿਪਰ ਚੱਲਦੇ ਨੇ ਜਿਹਦਾ ਹਸਾਬ ਕੋਈ ਨਹੀਂ ਵੱਡੇ ਟਿਪਰ ਨੇ ਉਹ ਤੇ ਉਹ ਭਰੇ ਭਰੇ ਆਉਂਦੇ ਨੇ ਸੋ ਆਪਣਾ ਸਵਾਲ ਵੱਡਾ ਕੀ ਹੈ ਸਵਾਲ ਵੱਡਾ ਕੁਆਂਟੀਫਾਈ ਕਰਨਾ ਜਿਹੜਾ ਇਹ ਮਾਈਨਿੰਗ ਵੈਕਵੇਂ ਦਾ ਕੰਮ ਹੈ ਉਹਨਾਂ ਨੇ ਕਿਹਾ ਜੀ ਜੇ ਤੁਸੀਂ ਇੰਨੇ ਮੀਟਰ ਰਿਟਰਨ ਕੱਢੋਗੇ ਇੰਨੇ ਸਾਰਾ ਕੁਝ ਇਹ ਕਾਗਜ਼ਾਂ 'ਚ ਸਾਰਾ ਘਰ ਪੂਰਾ ਕਰਿਆ ਹੁੰਦਾ ਕਾਗਜ਼ਾਂ 'ਚ ਹਰ ਵਿਭਾਗ ਕੰਮ ਪੂਰਾ ਕਰਦਾ ਹੈ ਸਵਾਲ ਇਹ ਹੈ ਵੀ ਸੱਚ ਕਿਉਂ ਨਹੀਂ ਅੱਗੇ ਆਉਂਦਾ ਸੱਚ ਇਸ ਕਰਕੇ ਨਹੀਂ ਆਉਂਦਾ ਕਿ ਹਲੇ ਹੋਏ ਨਹੀਂ ਆਪਣੀ ਗੱਲ ਕੁਆਂਟੀਟੀ ਦੀ ਹੈ ਨਹੀਂ ਇਸ ਕਰਕੇ ਨਾਲ ਰੂਲ ਹੋ ਸਕਦਾ ਕਾਰਪੋਰੇਸ਼ਨ ਬਣਨ ਦੇ ਨਾਲ ਪਹਿਲਾਂ ਪਹਿਲਾਂ ਮੇਰੀ ਬੇਨਤੀ ਸੁਣ ਲਓ ਮੈਂ ਫੋਕਸ ਕੀ ਕਰਨਾ ਚਾਹਣਾ ਕਿੰਨੀ ਕੁਆਂਟੀਟੀ ਹੈ ਕਿੰਨੀ ਨਹੀਂ ਠੱਗੀ ਫੋਕਸ ਕਰਨੀ ਚਾਹਣਾ ਮੈਂ ਤਾਂ ਵੀ ਠੱਗੀ ਵੱਡੀ ਹੋ ਰਹੀ ਹੈ ਇਸ ਠੱਗੀ ਨੂੰ ਫੜੋ ਕੁਝ ਕੁਆਂਟੀਟੀ ਵੀ ਆ ਜੂ ਸਾਰਾ ਕੁਝ ਆ ਜਾਊਗਾ ਕਿਹੜਾ ਪੈਸੇ ਲੈਂਦਾ ਠੱਗੀ ਦਾ ਮੈਂ ਤੁਹਾਨੂੰ ਆ ਰੇਟ ਨਹੀਂ ਇਹਨਾਂ ਦੇ ਡਾਕੂਮੈਂਟ ਨੇ ਉੱਥੋਂ ਮੈਂ ਲਿਖੇ ਨੇ ਬਜਟ ਦੀ ਇੱਕ ਐਨੂਰ ਫਾਈਨੈਂਸ਼ੀਅਲ ਸਟੇਟਮੈਂਟ ਛਪਦੀ ਹੈ ਉਹਦੇ ਚ ਕੀ ਹੁੰਦਾ 4 ਸਾਲਾਂ ਦੇ ਅੰਕੜੇ ਹੁੰਦੇ ਨੇ ਇੱਕ ਸਾਲ ਦੇ ਹੁੰਦੇ ਰਿਹਾ ਇਹਦਾ ਦੇਖਾ ਜੋਖਾ ਹੋ ਚੁੱਕਿਆ ਇੰਨੇ ਪੈਸੇ ਪੱਕੇ ਹੋ ਚੁੱਕੇਗੇ ਕਿਤਾਬਾਂ 'ਚ ਦਰਜ ਹੋ ਚੁੱਕੇ ਮੈਂ ਉਹ ਜਿਹੜੇ ਕਿਤਾਬਾਂ 'ਚ ਹਰ ਸਾਲ ਦੇ ਦਰਜ ਹੋਏ ਨੇ ਉਹ ਲਿਖੇ ਨੇ ਉਹਦੇ ਤੁਹਾਨੂੰ ਦੱਸਿਆ ਵੀ 12-13 'ਚ 24 ਕਰੋੜ ਸੀ 13-14 'ਚ 3 ਕਰੋੜ ਰਹਿ ਗਿਆ ਕਿੱਧਾ ਕੀ ਤਾਂ ਹੈ ਨਹੀਂ ਕਿ 13-14 'ਚ ਕੋਈ ਇਹੀ ਜਿਹੀ ਹੋ ਆ ਗਈ 12-13 'ਚ ਕਿਉਂਕਿ 12 'ਆਂ ਦੀਆਂ ਚੋਣਾਂ ਹੋਈਆਂ ਸੀ ਜੇ ਤੁਸੀਂ ਇੱਕ ਹੋਰ ਪੈਟਰਨ ਦੇਖੋਗੇ ਚੋਣਾਂ ਤੋਂ ਬਾਅਦ ਇਮੀਡੀਏਟਲੀ ਛੋਟੇ ਦੇ ਵੱਧਦੇ ਨੇ ਵੱਧਦੇ ਨੇ ਇੰਨੇ ਸਾਲਾਂ ਠਾਣਾ 'ਚ ਵੱਧਦੇ ਨੇ ਤੁਸੀਂ ਇਹਦੀ ਪੈਟਰਨ ਨੂੰ ਸਮਝਣ ਦੀ ਕੋਸ਼ਿਸ਼ ਕਰੋ ਫਿਰ ਸਾਡਾ ਨਹੀਂ ਘਟ ਜਾਂਦੇ ਨੇ ਖਾਸ ਕਰਕੇ ਜਦੋਂ ਚੋਣ ਵਾਲੇ ਸਾਲ ਚ ਵੱਧਦੇ ਨੇ ਉਦੋਂ ਅਗਲੇ ਸਾਲ ਬਹੁਤ ਤੇਜ਼ੀ ਨਾਲ ਘਟਦੇ ਨੇ ਜਿਵੇਂ 12-13 ਚ 24 ਤੋਂ 3 ਆ ਗਿਆ 3 ਨਾਲ ਇੱਥੇ 122 ਤੋਂ 36 ਆ ਗਿਆ ਦੇਖ ਮਿਲ ਗਈ ਨਾ ਦੋਨਾਂ ਦੀ ਗੱਲ ਫਰਕ ਕੀ ਰਿਹਾ ਅਕਾਲੀ ਦੀ ਜੀਪੀ ਚ ਕਾਂਗਰਸ ਦੇ ਵਿੱਚ ਉੱਥੇ 24 ਤੋਂ 3 ਆ ਗਿਆ 12-13 ਚ 24 ਹੈ 13-14 ਚ 3 ਰਹਿ ਗਿਆ ਇੱਥੇ 17-18 ਚ 100 ਸੋਲਾ 17 18 122 ਹੈ ਕਿ 18 19 ਦੇ ਵਿੱਚ 36 ਰਹਿ ਗਿਆ ਤਾਂ ਤਉਹੀ ਆ ਗਿਨਾ ਫਿਰ ਉਸ ਤੋਂ ਬਾਅਦ ਉਹਨਾਂ ਦਾ 14 15 'ਚ 86 ਹੋ ਗਿਆ ਇਹਨਾਂ ਦਾ 36 ਤੋਂ 90 ਹੋਇਆ ਉਹਨਾਂ ਦਾ ਤਾਂ 3 ਤੋਂ 86 ਹੋ ਗਿਆ ਇਹਨਾਂ ਦਾ ਤਾਂ 36 ਤੋਂ 90 ਹੋਇਆ ਇਹ ਤਾਂ ਆਪਣੇ ਹਿਸਾਬ ਨਾਲ ਦੋ ਪੀ ਹੀ ਕਿਦਨੂ ਜਾਰੀ ਹੈ ਗੱਦ ਸੋ ਇੱਕ ਮਾਫੀਆ ਜਿਹੜਾ ਇਹਨਾਂ ਨੂੰ ਪੈਸੇ ਦਿੰਦਾ ਸੀ ਕਾਬੀ ਬੀਜੇਪੀ ਨੂੰ ਉਹਨੇ ਉਹਨਾਂ ਨੂੰ ਦੇਣ ਲੱਗ ਗਿਆ ਅਫਸਰਾਂ ਦਾ ਤਾਂ ਉਹਨਾਂ ਸ਼ੇਰ ਨਹੀਂ ਰਹਿਣੇ ਜਿਹੜੇ ਮਾਈਨਿੰਗ ਅਫਸਰ ਨੇ ਜਿਹੜੇ ਆਈਐਸ ਅਫਸਰ ਨੇ ਜਿਹੜੇ ਉਹਨਾਂ ਨੂੰ ਫੜਨ ਆ ਗਏ ਉਹਨਾਂ ਸਭ ਦਾ ਤਾਂ ਸ਼ੇਰ ਪੱਕਾ ਰਹਿ ਨਹੀਂ ਰਹਿਣਾ ਹੈ ਇਰੀਗੇਸ਼ਨ ਵਾਲੇ ਨੇ ਕਿਉਂਕਿ ਇਹਨਾਂ ਦੇ ਦਰਿਆ ਚੋਂ ਨਿਕਲ ਰਹੀ ਹੈ ਉਹਨਾਂ ਦਾ ਤਾਂ ਸ਼ੇਰ ਪੱਕਾ ਹੀ ਹੈ ਉਹ ਤਾਂ ਜਿਹੜਾ ਆ ਜੂਗਾ ਉਹਨੂੰ ਉਹਨਾਂ ਹੀ ਮਿਲਣਾ ਹੈ ਜਿਵੇਂ ਹੁਣ ਆ ਜਿਹੜਾ ਇਹ ਸਭ ਨੂੰ ਪਤਾ ਹੈ ਸਰਕਾਰ ਕੀ ਨਹੀਂ ਹੈ ਸਰਕਾਰ ਨੂੰ ਵੀ ਪਤਾ ਵੀ ਜਿੰਨੇ ਠੇਕੇ ਦਿੰਦੇ ਨੇ ਬਿਲਡਿੰਗਾਂ ਦੇ 2% ਜੇ ਹੀ ਰਹਿੰਦਾ ਠੇਕੇ ਚੋਂ ਪਹਿਲਾਂ 2% ਲੈਂਦਾ ਐਸਲਓ 2% ਲੈਂਦਾ ਐਕਸੀਅਨ 2% ਲੈਂਦਾ ਸੁਪਰਡੈਂਟ ਇੰਜੀਨੀਅਰ 1% ਲੈਂਦਾ ਚੀਫ ਇੰਜੀਨੀਅਰ ਜਿੰਨੇ ਦਾ ਠੇਕਾ ਹੁੰਦਾ ਹੁਣ ਜੇ 100 ਕਰੋੜ ਦਾ ਠੇਕਾ ਹੋ ਗਿਆ 1 ਕਰੋੜ ਤਾਂ ਸਿੱਧਾ ਚੀਫ ਇੰਜੀਨੀਅਰ ਕੋਲ ਚਲਾ ਗਿਆ ਕਿੰਨੇ ਠੇਕੇ ਹੁੰਦੇ ਨੇ ਬਿਲਡਿੰਗਾਂ ਦੇ ਹਿਸਾਬ ਲਗਾਓ ਤੁਸੀਂ ਬਿਲਕੁਲ ਫੇਰ ਪਤਾ ਲੱਗਦਾ ਵੀ ਇੱਥੇ ਹੋ ਕੀ ਰਿਹਾ ਅਖਸਰ ਇੱਥੇ ਲੋਕ ਪੁੱਛਣਗੇ ਕਿ ਸਬੂਤ ਕੀ ਐ ਇਸ ਗੱਲ ਦਾ ਉਹ ਵੀ ਦੱਸ ਦਿਓ ਕਿਹੜਾ ਕਿਹੜਾ ਜਿਹੜੇ ਨਾਮ ਆਪਾਂ ਆਪਾਂ ਕਹਿ ਰਹੇ ਆ ਕਿ ਸਿੱਧੇ ਤੋਂ ਆ ਅੰਕੜੇ ਨੇ ਸਬੂਤਾਂ ਅੰਕੜੇ ਨੇ ਵੀ 9 ਰੁਪਏ ਫੁੱਟ ਤੁਸੀਂ ਕਹਿੰਦੇ ਆ ਵੇਚਦੇ ਆ ਕਿ ਮੈਨੂੰ ਕਿੰਨਾ ਕਿੰਨਾ ਕੱਢਾ ਗਿਆ ਦਿੱਤਾ ਫਿਰ ਉਹਦਾ ਪੈਸਾ ਕਿੱਥੇ ਗਿਆ ਬਿਲਕੁਲ ਸਬੂਤ ਸਬੂਤ ਹੈ ਸਬੂਤ ਕੀ ਐ ਇਹ ਇਹ ਵੀ ਇੱਕ ਤਰ੍ਹਾਂ ਤਰੀਕਾ ਹੈ ਬੀਜੇ ਸਾਨੂੰ ਸਬੂਤ ਦੱਸੋ ਆ ਅੰਕੜੇ ਇਹਨਾਂ ਦੇ ਨੇ ਨਾ ਇਹਨਾਂ ਨੂੰ ਪੁੱਛੋ ਵੀ ਸਾਨੂੰ ਦੱਸੋ ਤੁਸੀਂ 12 13 ਚ ਕਿੰਨੀ ਕੰਸਟਰਕਸ਼ਨ ਹੋਈ ਪੰਜਾਬ ਚ ਕਿਉਂਕਿ ਕੰਸਟਰਕਸ਼ਨ ਵਿਭਾਗ ਮੈਂ ਗਿੰਦਾ ਕਿੰਨੀ ਪੱਟਾਂ ਤੋਂ ਇੱਟ ਵਿਕੀ ਇੱਟ ਕਿੰਦੀ ਹੋ ਪੱਟਾਂ ਤੋਂ ਨਾ ਉਥੇ ਵੀ ਟੈਕਸ ਇਕੱਠਾ ਕਰਿਆ ਕਿੰਨਾ ਸਿਮਿੰਟ ਵੇਚਿਆ ਉਹ ਤੋਂ ਅੰਦਾਜ਼ਾ ਤਾਂ ਲੱਗੂਗਾ ਵੀ ਤੁਸੀਂ 12 13 ਚ ਤੁਹਾਡੇ ਕੋਲੇ ਰੇਤ ਬਜਰੀ ਕਾਤੇ ਕਮ ਹੋਣੀ ਐ ਕੰਸਟਰਕਸ਼ਨ ਦੀ ਕਮ ਹੋਣੀ ਐ ਨਾ ਬਿਲਕੁਲ ਸਹੀ ਗੱਲ ਜੇ ਸੜਕਾਂ ਚ ਆਉਣੀ ਐ ਠੀਕ ਐ ਨਾ ਬਜਰੀ ਮਿੱਟੀ ਸੜਕਾਂ ਚ ਆਉਣੀਆਂ ਉਹਨਾਂ ਨੂੰ ਪੁੱਛ ਲੋ ਵੀ ਕਿੰਨੀਆਂ ਸੜਕਾਂ ਬਣੀਆਂ 12 13 ਚ ਕਿੰਨੀਆਂ ਬਣੀਆਂ 13 14 ਚ ਕਿਲਖਤ ਕਿੰਨੇ ਕੱਟ ਗਈਆਂ 17 18 ਚ ਵੱਧ ਕਿੰਨੇ ਬਣੀਆਂ 18 19 ਚ ਕਿਲਖਤ ਕਿੰਨੇ ਕੱਟ ਗਈਆਂ ਇਹ ਦੱਸ ਦੇਣਾ ਸਾਰੇ ਅਸਲ ਕੀ ਇੱਥੇ ਕੀ ਹੈ ਮੈਂ ਤੁਹਾਨੂੰ ਤਾਂ ਦੱਸਦਾ ਵੀ ਸਰਕਾਰ ਚ ਇੱਕ ਤਾਂ ਲੋਕਾਂ ਦੀ ਡੈਕ ਚ ਕੱਟ ਗਈ ਸੱਚੀ ਗੱਲ ਤੁਹਾਨੂੰ ਦੱਸਦਾ ਉਹਨ ਸਭ ਤਾਂ ਆਉਂਦਾ ਨਹੀਂ ਅਮੈਂ ਕੱਲੀ ਇੱਕ ਚਿੱਠੀ ਦੇਖ ਰਿਆ ਸੀ ਫਾਈਨੈਂਸ ਡਿਪਾਰਟਮੈਂਟ ਨੇ ਕੱਟੀ ਹੈ ਤਨਖਾਹਾਂ ਬਾਰੇ ਉਹ ਇੰਨੀ ਗਲਤ ਹੈ ਕਿ ਜਿੰਨੀ ਮਰਜ਼ੀ ਖਜ਼ਾਨੇ ਦੀ ਡੁੱਟ ਹੋ ਜਾਣੀ ਆ ਉਹਦੇ 'ਚ ਔਰ ਜਿੰਨੀ ਮਰਜ਼ੀ ਕਿਸੇ ਦੀ ਉਂਝ ਤਨਖਾਹ ਕੱਟ ਦੇਣੀ ਆ। ਯਾਨੀ ਕਿ ਜਿੰਨੂੰ ਜਿੰਨਾ ਮਰਜ਼ੀ ਦੇ ਦੋ, ਬਾਬੂ ਬੈਠਾ ਪੈਸੇ ਲੈ ਕੇ ਉਹਦੀ ਵਧਾ ਦੇ, ਪੈਸੇ ਲੈ ਕੇ ਘਟਾ ਦੇ ਕਿਸੇ ਨੇ ਨਹੀਂ ਪੁੱਛਣਾ। ਕਿਉਂਕਿ ਚੁੱਚੀ ਐਦਾਂ ਦੀ ਐ, ਗੋਲ ਕਰਤੀ ਸਾਰੀ ਗੱਲ। ਉਹਨੂੰ ਪੁੱਛੇ ਵੀ ਆ ਕਾਗਜ਼ ਕਾਦੇ ਵਾਸਤੇ ਕੱਲ ਕਰ ਰਹੇ ਨੇ, ਫਾਈਨੈਂਸ ਇਕ ਕੀ ਕਾਦੇ ਵਾਸਤੇ ਬੈਠਾ ਉਹਨੇ ਪੜਿਆ ਕਿਉਂ ਨਹੀਂ ਵੀ ਭਾਈ ਇਹਦਾ ਅਸਰ ਕਿਵੇਂ ਹੋਊਗਾ? ਹੁਣ ਉਹਨਾਂ ਨੇ ਕਰਿਆ ਕੀ ਐ? ਕਿਉਂ ਮੈਂ ਕਹਿੰਦਾ ਇਹਨਾਂ ਨੂੰ ਪਤਾ ਨਹੀਂ। ਮਸਲ ਨਾ ਇੱਕ ਮਹਾਲੇ ਚ ਅਪਾ ਨੇ ਕੋਈ ਕੰਮ ਕਰਨਾ ਆਪਾਂ ਇਹ ਦੇਖਿਆ ਨਹੀਂ ਵੀ ਇੱਕ ਟਟੋਆ ਵਾਲੀ ਸੜਕ ਸੀ ਭਾਈ ਉਹਦੇ ਤਾਂ ਹਰ ਸਾਲ ਮਿੱਟੀ ਪਾਉਂਦੇ ਹੁੰਦੇ ਸੀ ਦੂਜੇ ਪਾਸੇ ਹਰ ਸਾਲ ਇੱਟਾਂ ਆਉਂਦੀਆਂ ਸੀ ਉਹਨੇ ਇੱਟਾਂ ਦੇ ਵੀ ਪਾਸੇ ਦੋਨੇ ਪਾਸੇ ਲਾਦੇ ਟੋਹੇ ਆਦੇ ਵੀ ਮਿੱਟੀ ਦੇ ਵੀ ਦੋਨੇ ਪਾਸੇ ਲਾਤੇ ਇਹ ਮੈਂ ਕਿਉਂ ਕਹਿਣਾ ਮੈਂ ਤਾਂ ਕਹਿਣਾ ਵੀ ਇਹ ਬਜਟ ਜਿਹੜਾ ਆਪਦੇ ਆਪ ਨੂੰ ਵੱਡਾ ਕਹਿੰਦੇ ਨੇ ਅਸੀਂ ਬਜਟ ਪੇਸ਼ ਕਰਨਾ ਕਦੇ ਬਜਟ ਤੇ ਕਰ ਲੈਣੀ ਚਰਚਾ ਸਾਡਾ ਵਿਭਾਗ ਮੈਡੀਕਲ ਜਿਹੜਾ ਬਹੁਤ ਛੋਟਾ ਜਾਂਦਾ ਇੱਕ ਮੈਂ ਅਮੀ 2-300 ਕਰੋੜ ਦਾ 400 ਕਰੋੜ ਦਾ ਬਜਟ ਹੁੰਦਾ ਹੈ ਜਿਸ ਵੇਲੇ ਦੀ ਮੈਂ ਗੱਲ ਕਰਦਾ ਉਹ ਤੋਂ ਢੂਡ 100 ਕਰੋੜ ਦਾ ਹੀ ਹੁੰਦਾ ਇਹਨਾਂ ਨੇ ਨਵਾਂ ਨਵਾਂ ਕੈਪਟਨ ਦੀ ਸਰਕਾਰ ਸੀ ਉਦੋਂ ਵੀ ਜੀ ਇਹਨਾਂ ਨੇ ਨਵਾਂ ਨਵਾਂ ਬਣਾਇਆ ਜੀ ਦੋ ਧੀ ਗੱਲਬਾਤ ਕਰਕੇ ਅਸੀਂ ਬਜਟ ਦੇਖਾਂਗੇ ਠੀਕ ਕਰਾਂਗੇ ਫਲਾਣਾ ਕਰਾਂਗੇ ਕਿ ਮੇਰੀ ਡਿਊਟੀ ਲੱਗੀ ਵੀ ਇਹ ਜਿਹੜਾ ਸਾਡਾ ਜਿਹੜਾ ਵਿੱਤ ਵਿਭਾਗ ਵਾਲਾ ਉਹਨੂੰ ਤਾਂ ਆਉਂਦਾ ਨਹੀਂ ਕੁਝ ਨਵਾਂ ਬੰਦਾ ਆ ਵਿੱਤ ਵਿਭਾਗ ਦਾ ਮਾਰ ਹੁੰਦਾ ਉਸ ਕੰਮ ਦਾ ਪਰ ਉਹਨੂੰ ਆਉਂਦਾ ਨਹੀਂ ਕੁਝ ਨਵਾਂ ਆ ਹਣਕੇ ਅੰਕੜੇ ਹੁੰਦੇ ਨਹੀਂ ਭਰੇ ਨੇ ਵੀ ਤੁਸੀਂ ਇਹਨਾਂ ਦੇ ਨਾਲ ਚਲੇ ਜਾਓ ਮੈਂ ਤਾਂ ਕੋਈ ਵਿੱਤ ਦਾ ਮਾਰ ਨਹੀਂ ਮੈਂ ਗੱਡੀ 'ਚ ਬੈਠੇ ਬੈਠੇ ਰਸਤੇ 'ਚ ਉਹਨੂੰ ਪੁੱਛਿਆ ਤਾਂ ਮੈਨੂੰ ਦਿਖਾ ਤਾਂ ਦੇ ਦੇ ਤੁਸੀਂ ਬਣਾਇਆ ਕੀ ਹੈ ਉਹਨੇ ਦਿਖਾਇਆ ਉਹਦੇ 'ਚ ਪਾਇਆ ਹੋਇਆ ਅ 21 ਲੱਖ ਰੁਪਇਆ ਇੱਕ ਲੈਣੀ ਸੀ ਮਿੰਨੀ ਬੱਸ ਤੇ ਇੱਕ ਲੈਣੀ ਸੀ ਕਾਰ ਉਹ ਮੈਂ ਕਿਹਾ 21 ਲੱਖ ਰੁਪਇਆ ਇਹ 1900 ਇਹ 2000 ਦੋ ਦੀ ਗੱਲ ਹੈ 2002 'ਚ 21 ਲੱਖ ਰੁਪਇਆ ਇੱਕ ਮਿੰਨੀ ਬੱਸ ਤੇ ਇੱਕ ਕਾਰ ਵਾਸਤੇ ਜਿਹੜੀ ਕਾਰ ਸਿੰਪਲ 3 ਲੱਖ ਦੀ ਸੀ ਦੋ ਤਿੰਨ ਲੱਖ ਦੀ ਉਦੋਂ ਕਿੰਨਾ ਕਿ ਦੱਸੀ ਕਿੰਨੇ ਫਿਰ ਪੰਜ ਕੰਪਿਊਟਰ ਲੈਣੇ ਨੇ ਇਹਨਾ ਪੰਜ ਟਾਈਪ ਮਸ਼ੀਨਾਂ ਜੀ ਪੰਜ ਟਾਈਪ ਮਸ਼ੀਨਾਂ ਦਾ ਪਾਇਆ ਹੋਇਆ 3 ਲੱਖ ਰੁਪਇਆ 3 ਲੱਖ ਹਾਂ ਓਏ ਮੈਂ ਕਿਹਾ ਰਮਿੰਗਟਨ ਦੀ ਟਾਈਪ ਮਸ਼ੀਨ ਭਰੇ ਮਾਨ ਸਾਹਿਬ ਆ ਜਾਂਦੀ ਹੈ ਤਾਂ 8000 ਚ 5640 ਉਹ ਨਹੀਂ ਜੀ ਅਸੀਂ ਕਹਿੰਦਾ ਕਿ ਉਹ ਕੰਪਿਊਟਰਾਂ ਦਾ ਪਾਇਆ ਉਹਨਾਂ ਦਾ ਇਲੈਕਟ੍ਰੋਨਿਕ ਉਹਨਾਂ ਕੰਪਿਊਟਰਾਂ ਦਾ ਕਿ ਮੈਂ ਕਿਹਾ ਫਿਰ 3 ਲੱਖ ਚ ਆਉਂਦੀ ਨਹੀਂ ਫੇਰ ਕਹ ਲੈਣੀ ਜੀ ਇਲੈਕਟ੍ਰੋਨਿਕ ਕਹਿੰਦਾ ਇਲੈਕਟ੍ਰੋਨਿਕ ਮਸ਼ੀਨਾਂ ਦਾ ਪਾਇਆ ਮੈਂ ਇਲੈਕਟ੍ਰੋਨਿਕ ਮਸ਼ੀਨ ਨੂੰ 25000 ਰੁਪਇਆ ਪੰਜ ਦਾ 1,25,000 ਬਣਿਆ ਤੂੰ 3,10 ਕਿੰਨੇ ਬਣਾਇਆ ਫੇਰ ਪਾਹ ਦਾਫਤਰੀ ਦਫਤਰ ਚ ਵੀ ਸੱਜੋ ਸਮਾਨ ਲੈਣਾ ਕਿਉਂ ਕਿਵੇਂ ਕਰਦੇ ਨੇ ਇਹ ਵੀ ਜਿੰਨਾ ਪੀਸੇ ਸਾਹ ਦੇਖਿਆ ਤੂੰ ਛੋੜ ਜਾ ਵਧਾ ਦੋ ਲੈ ਕੁਇਂ 2 ਨੰਬਰ ਕੀ ਕੰਮ ਚੱਲਦਾ ਇਹ ਬਿਲਕੁਲ ਅਸਾਮੀਆਂ ਦਾ ਸਾਨੂੰ ਦੱਸਨਾ 200 ਡਾਕਟਰਾਂ ਦੀ ਅਸਾਮੀ ਕਿਤੇ ਰਿਕਾਰਡ ਹੀ ਨਹੀਂ ਸੀ ਜੀ ਤਨਖਾਹ ਲੈ ਕਰ ਰਹੀ ਸੀ ਵੀ ਕਿਤੇ ਮੈਂ ਕਹਿੰਦਾ ਉਹ ਦਿਖਾਓ ਕਿਤੇ ਮਨਜ਼ੂਰ ਕਿਤੇ ਹੋ ਜਾਂਦੇ ਨੇ ਜਿੰਦੀ ਜੀ ਜੀ ਹੁੰਦਾ ਬੜਾ ਪੰਗਾ ਪੈ ਜੀ ਹੁੰਦਾ ਸਭ ਕੁਲ ਕਰਦੇ ਨੇ ਗੱਲਾਂ ਖਜ਼ਾਨੇ ਦਾ ਇਹ ਤਾਂ ਉਹੀ ਨਾਮ ਦੇ ਮੰਤਰੀ ਸੰਤਰੀ ਬਣੇ ਹੋਏ ਨੇ ਖਜ਼ਾਨੇ ਦੀ ਡੁੱਟ ਹੋ ਰਹੀ ਹੈ ਪਰ ਸਭ ਇਹ ਕਹਿੰਦੇ 36000 ਮੁਲਾਜ਼ਮ ਵੀ ਪੱਕੇ ਕਰ ਰਹੇ ਐਸੀ 36000 ਮੁਲਾਜ਼ਮ ਨੂੰ ਕਰਦੇ ਨੇ ਪੱਕੇ ਫਿਰ ਕੀ ਫਰਕ ਪੈਂਦਾ ਕਰ ਦੇਣਾ ਚਾਹੀਦਾ ਮੁਲਾਜ਼ਮ ਕੱਚਾ ਰੱਖਣਾ ਤਾਂ ਕੋਈ ਮਤਲਬ ਹੀ ਨਹੀਂ ਪਰ ਸਵਾਲ ਇਹ ਹੈ ਵੀ ਕੰਮ ਲੈ ਲੈਣ ਉਹਨਾਂ ਤੋਂ ਐਸਾ ਕਿੱਥੋਂ ਆਉ ਇਹ ਤਾਂ ਹੁਣ ਚੋਣਾਂ ਵੇਲੇ ਜਦ ਕਹਿੰਦੇ ਨੇ ਨਾ ਵੀ ਹੁਣ ਵੀ ਲੁੱਟਾ ਦੋ ਇਹ ਜਿਹੜੇ ਇਹ ਜਿਹੇ ਫੈਸਲੇ ਹੁੰਦੇ ਨੇ ਫੈਸਲੇ ਬੈਸੀ ਗਲਤ ਹੁੰਦੇ ਨੇ ਮੈਂ ਤਾਂ ਕਹਿੰਦਾ ਚੋਣ ਸੁਧਾਰ ਚ ਮੈਂ ਕੱਦ ਪਤਾ ਨਹੀਂ ਕਿ ਚ ਬੋਲ ਰਿਹਾ ਸੀ ਵੀ ਉਹਦੇ ਵਿੱਚ ਇਹਨਾਂ ਤੇ ਬੈਨ ਹੋਣਾ ਚਾਹੀਦਾ ਵੀ 6 ਮਹੀਨੇ ਤੁਸੀਂ ਆਏ ਨਹੀਂ ਕਰੋਗੇ 6 ਮਹੀਨੇ ਚ ਰਿਕਰੂਟਮੈਂਟ ਦੀ ਕੀ ਲੋੜ ਹੈ 6 ਮਹੀਨੇ ਚ ਇਹ ਕਿਉਂਕਿ ਲੋਕ ਕਹਿੰਦੇ ਯਾਰ ਹੁਣ ਚੋਣਾਂ ਵੇਲੇ ਮਸਾ ਤਾਂ ਕੰਮ ਹੋਣਗੇ ਉਹ ਚ ਕਰਦੀ ਨਹੀਂ ਸਾਡੇ 4 ਸਾਲ ਜੇ ਕੋਈ ਅੱਜ ਕਿਹੜਾ ਵੀ ਮਮੂਲੀ ਕabhi ਪੰਜਾਬ ਚ ਜ਼ਿੰਮੇਵਾਰੀ ਦਾ ਸਵਾਲ ਪੁੱਛਣਾ ਵਾਲਾ ਹੋਵੇ ਮਾਨਪ੍ਰੀਤ ਬਾਦਲ ਸ਼ੁੱਡ ਬੀ ਇਨ ਪ੍ਰਿਜ਼ਨ ਸਾਡੇ 4 ਸਾਲੋਂ ਕਹਿੰਦਾ ਰਿਹਾ ਵੀ ਖਜ਼ਾਨਾ ਖਾਲੀ ਹੈ। ਤੁੰਗਰਾ ਕੀਤਾ। ਹੁਣ ਉਹਨੂੰ ਨਾਲ ਬਿਠਾ ਕੇ ਚੰਨੀ ਸਾਹਿਬ ਕਹਿੰਦੇ ਵੀ ਖਜ਼ਾਨਾ ਖਾਲੀ ਨਹੀਂ ਹੈ। ਬੇਸ਼ੱਕ ਇੰਨਾ ਭਰਿਆ ਨਹੀਂ ਪਰ ਖਾਲੀ ਨਹੀਂ ਹੈ। ਫੇਰ ਦੋਹਾਂ 'ਚੋਂ ਇੱਕ ਤਾਂ ਗਲਤ ਹੈਗਾ ਹੀ ਹੈ ਨਾ। ਬਿਲਕੁਲ ਸਹੀ ਗੱਲ। ਇਹਦਾ ਮਤਲਬ ਜਤਾਤਾ ਮਨਪ੍ਰੀਤ ਬਾਦਲ ਧੋਖਾ ਦਿੰਦਾ ਰਿਹਾ ਲੋਕਾਂ ਨੂੰ। ਉਹ ਖਜ਼ਾਨਾ ਮੰਤਰੀ ਹੈ। ਲੋਕਾਂ ਦੇ ਖੂਨ ਪਸੀਨੇ ਦੀ ਕਮਾਈ 'ਚੋਂ ਟੈਕਸ ਦਾ ਪੈਸਾ ਜਾ ਰਿਹਾ ਹੈ। ਜਾਂ ਖਜ਼ਾਨਾ ਮੰਤਰੀ ਗਲਤ ਕਹਿ ਰਿਹਾ ਹੈ ਜਾਂ ਫਿਰ ਮੁੱਖ ਮੰਤਰੀ ਗਲਤ ਬਿਆਨੀ ਕਰ ਰਿਹਾ ਹੈ। ਸੋ ਮੈਂ ਤਾਂ ਕਹਿਣਾ ਵੀ ਮਾਈਨਿੰਗ ਦੇ ਉੱਤੇ ਜਦ ਤੁਸੀਂ ਗੱਲ ਕਰਦੇ ਹੋ ਇਹਨੂੰ ਮੈਂ ਪੂਰੀ ਕਰਦਾ ਫਿਰ ਆਪਾਂ ਅਗਲੀ ਗੱਲ ਕਰਦੇ ਆ ਮਾਈਨਿੰਗ ਦੇ ਉੱਤੇ ਬਰੋਜਪੁਰ ਚ ਮੋਗੇ ਚ ਹੁਸ਼ਾਲਪੁਰ ਚ ਪਠਾਨਕੋਟ ਚ ਗੁਰਦਾਸਪੁਰ ਚ ਰੋਪੜ ਚ ਇਧਰੋਂ ਡੇਰਾ ਬਸੀ ਬਲਾਕ ਚ ਇਧਰੋਂ ਸਾਰੇ ਚਮਕੌਰ ਸਾਹਿਬ ਬਲਾਕ ਤੇ ਹਰ ਪਾਸੇ ਖਣਨ ਹੋ ਰਹੀ ਹੈ ਆ ਛੋਟੇ ਛੋਟੇ ਜਿਹੜੇ ਨਾਲੇ ਨੇ ਨਾ ਸੀਸਮਾਨਾੜ ਵਰਗੇ ਇਨੱਚ ਵੀ ਬੜਾ ਖਾਨਨ ਹੋ ਰਿਹਾ ਹੈ ਇਹ ਖਾਨਨ ਸਰੇ ਆਮ ਹੋ ਰਿਹਾ ਹੈ ਜੰਗਲਾਂ ਦੀ ਔਰ ਇਹਨਾਂ ਦੀ ਡਰਕ ਇਹ ਰਣਕੇ ਕਰਦੇ ਨੇ ਮੈਂ ਕਰਨ ਇਹ ਮਾਫੀਏ ਨੇ ਜੰਗਲ ਦਾ ਵੀ ਮਾਫੀ ਹੈ ਆ ਜਿਹੜਾ ਸਾਡਾ ਇੱਥੋਂ ਰੋਪੜ ਲੈ ਲੋ ਰੋਪ ਮਹਾਦੀ ਤੋਂ ਲੈ ਲੋ ਮਾਕੇ ਆ ਬੰਡੇ ਬੰਡੀ ਜੇ ਸਾਰੇ ਮਹਾਦੀ ਚ ਨੇ ਇੱਥੋਂ ਲੈ ਕੇ ਤੁਸੀਂ ਚਲੇ ਜਾਓ ਪਠਾਨਕੋਟ ਤੱਕ ਔਰ ਧਾਰਕੜਾਂ ਤੱਕ ਸਾਰੇ ਸਾਡੇ ਪਹਾੜੀ ਏਰੀਆ ਜੰਗਲੀ ਜੰਗਲ ਨੇ ਉੱਤਲੇ ਪਾਸੇ ਧਾਰਕੜਾਂ ਲੈ ਲੋ ਤੁਸੀਂ ਉਧਰ ਉਹ ਟੋਲ ਬਹਾ ਵਗੈਰਾ ਲੈਣੋ ਜਿੱਦਰ ਮਰਜੀ ਚੱਲੋ ਸੋ ਇਹਦੇ ਵਿੱਚ ਹੈ ਕਿ ਚੰਗਰਾਤ ਔਰ ਜਿਲੇ ਹੈਗਾ ਇਹ ਮਾਈਨਿੰਗ ਇਹਦਾ ਕੋਈ ਵਾਦੀ ਵਾਰਸ ਨਹੀਂ ਕੋਈ ਕੰਨੇ ਸਰਕਾਰੀ ਜੀਆ ਡੁੱਟੀ ਜੋ ਇੱਥੇ ਸਭ ਤੋਂ ਜ਼ਿਆਦਾ ਠੱਗੀ ਆ ਸ਼ਰਾਮ ਤਾਂ ਫੇਰ ਲਿਖਦੀ ਆ ਇਹ ਤਾਂ ਦਿਖਦਾ ਹੀ ਨਹੀਂ ਬਿਲਕੁਲ ਤੋਂ ਇੱਕ ਤਾਂ ਆਪਾਂ ਨੂੰ ਜਿਹੜਾ ਉਹ ਸਬੂਤ ਮੰਗਦੇ ਨੇ ਆਸਟ ਗੱਲ ਮੈਂ ਕਹਾਂਗਾ ਆਪਦੀ ਗੱਲ ਖਤਮ ਕਰਨ ਲਈ ਇਸ ਪਾਸੇ ਜੀ ਫੇਰ ਤੁਸੀਂ ਸਵਾਲ ਕਰ ਦਿਓ ਉਹ ਸਬੂਤ ਤਾਂ ਉਹਨਾਂ ਦੇ ਕਾਗਜ ਨੇ ਵੀ ਤੁਸੀਂ ਦੱਸੋ ਭਾਈ ਸਾਡੇ ਕੋਲ ਤਾਂ ਕੋਈ ਸਬੂਤ ਨਹੀਂ ਆਹ ਤਾਂ ਤੁਸੀਂ ਲਿਖਿਆ ਨਾ ਤੁਸੀਂ ਦੱਸੋ ਵੀ ਇਹ ਕਿਹੜੇ ਗਿੱਦਰ ਸਿੰਘੀ ਆ ਵੀ ਜਿਸ ਸਾਲ ਚੋਣ ਹੁੰਦੀ ਹੈ ਉਹ ਸਾਡੀ ਕੜਖਤ ਤੁਹਾਡਾ ਰੈਵਨਿਊ ਵੱਧ ਜਾਂਦਾ ਹੈ ਫੈਨ ਮਾਈਨਿੰਗ ਤੋਂ ਉਦੋਂ ਅਗਲੇ ਸਾਲ ਬਹੁਤ ਹੀ ਜ਼ਿਆਦਾ ਘਿਰ ਜਾਂਦਾ ਹੈ ਇਹ ਦੋਨੇ ਅਕਾਲੀ ਬੀਜੇਪੀ ਵਾਲੀ ਉਦੋਂ 12 ਤੋਂ 3 ਨਾ ਆ ਦੱਸ ਦੇਣ ਇਹ ਕਿਤੇ ਨਹੀਂ ਇਹ ਨਾ 24 ਤੋਂ 3 ਆਇਆ 24 ਤੋਂ 3 ਤੇ ਕਿਵੇਂ ਆ ਗਿਆ ਇਹ ਇਹ ਦੱਸ ਦੇਣ ਵੀ 122 ਤੋਂ 36 ਤੇ ਕਿਵੇਂ ਆ ਗਿਆ ਇੱਕ ਇਹ ਇਹ ਕਿਹੜੀ ਗੱਲ ਹੈ ਬਿਲਕੁਲ ਕੰਸਟਰਕਸ਼ਨ ਸਭ ਨੂੰ ਪਤਾ ਹੈ ਸਰਕਾਰੀ ਕੰਸਟਰਕਸ਼ਨ ਦਾ ਪਤਾ ਕਿੰਨੀ ਹੋਈ ਹੈ ਸੜਕਾਂ ਕਿੰਨੀਆਂ ਵੱਡੀਆਂ ਨੇ ਉਹ ਵੀ ਪਤਾ ਹੈ ਸੋ ਇਸ ਕਰਕੇ ਇਹ ਨੌrti ਇਹ ਕਹਦੇ ਨੇ 5 ਰੁਪਏ ਕਹਦੇ ਨੇ ਲੋਕਾਂ ਨੂੰ ਅਨਸ਼ੋਰ ਕਰਨਾ ਜਿਹੜਾ ਹੈ ਉਹ ਇਸ ਤਰੀਕੇ ਨਾਲ ਹੋ ਸਕਦਾ ਹੈ ਕਿ ਤੁਸੀਂ ਚੋਰੀ ਤਾਂ ਹੁੰਦੀ ਹੈ ਹੁਣ ਜੇ ਕੋਈ ਕਹੇ ਮਾਰਕ ਫੈਡ ਮਾਰਕਫੈਟ 'ਚ ਹੁੰਦੀ ਹੋ ਥੋੜੀ ਬਹੁਤੀ ਚੋਰੀ ਮੈਂ ਨਹੀਂ ਕਹਿੰਦਾ ਨਹੀਂ ਹੁੰਦੀ ਹੋਣੀ ਪਰ ਮਾਰਕਫੈਟ 'ਚ ਮਾਰਗੀ ਠੀਕ ਮਿਲ ਜਾਂਦਾ ਲੋਕਾਂ ਨੂੰ ਤਸੱਲੀ ਆਉਂਦੀ ਫਿਰ ਵੀ ਜੋਬ ਵੀ ਲੋਕਾਂ ਨੂੰ ਠੀਕ ਮਿਲੇ ਹੋਏ ਨੇ ਜਿਆਦਾ ਨੂੰ ਮਿਲੇ ਹੋਏ ਨੇ ਇਦਾਂ ਹੀ ਵੇਰਕਾ ਹੈ ਵੇਰਕਾ ਦੇ ਵਿੱਚੋਂ ਲੋਕਾਂ ਨੂੰ ਜੋਬ ਵੀ ਮਿਲੇ ਹੋਏ ਨੇ ਉਹ ਵੀ ਕਿਸਮ ਦੀ ਉਹ ਸੁਸਾਇਟੀ ਐ ਸਹਿਕਾਰੀ ਸੁਸਾਇਟੀ ਆ ਕਾਰਪੋਰੇਸ਼ਨ ਕੁਝ ਵੀ ਕਹੋ ਜੋਬ ਵੀ ਠੀਕ ਮਿਲਦੇ ਨੇ ਮਿਲਕ ਪ੍ਰੋਡਿਊਸਰ ਨੂੰ ਵੀ ਪੈਸੇ ਕੁਝ ਮਿਲ ਜਾਂਦੇ ਨੇ ਦੁੱਧ ਵੀ ਠੀਕ ਮਿਲਦਾ ਲੋਕਾਂ ਨੂੰ ਵਿਸ਼ਵਾਸ ਆ ਉਹਦੀ ਕੁਆਲਿਟੀ 'ਤੇ ਦੀ ਹਾਲਾਂਕਿ ਉਹਦੇ 'ਚ ਵੀ ਬੜੀਆਂ ਠੱਗੀਆਂ ਫੜੀਆਂ ਗਈਆਂ ਨੇ ਪਰ ਫਿਰ ਵੀ ਵਿਸ਼ਵਾਸ ਜਿੱਥੇ ਥਾਂ ਥਾਂ ਤੇ ਉਹਨਾਂ ਨੇ ਆਪਦੀ ਇਨਫਰਾਸਟ੍ਰਕਚਰ ਵੀ ਬਣਾ ਲਈਆ ਮਹਾਦੀ ਦੇ ਵਿੱਚ ਆ ਪਟਿਆਲੇ ਦੇ ਵਿੱਚ ਆ ਥਾਂ ਥਾਂ ਦੇ ਉੱਤੇ ਉਹਨਾਂ ਦੇ ਬੇੜਖੇਤਾ ਪਲਾਂਟ ਹੈਗੇ ਹੈਗਾ ਵੱਡਾ ਸੋ ਉਹ ਜਿਹੜਾ ਸੰਗਰੂਰ ਚ ਹੈ ਥਾਂ ਥਾਂ ਤੇ ਉਹਨਾਂ ਨੇ ਆਪਦੇ ਪਲਾਂਟ ਬਣਾ ਲਏ ਲੋਕਾਂ ਨੂੰ ਜੋਬ ਦਿੱਤਾ ਹੋਇਆ ਹੈ ਲੋਕਾਂ ਨੂੰ ਕੱਚੇ ਮਾਲ ਦੇ ਪੈਸੇ ਦੇ ਰਹੇ ਨੇ ਪੱਕਾ ਮਾਲ ਘਰ ਘਰ ਜਾ ਰਿਹਾ ਹੈ ਕਿੰਨੇ ਲੋਕ ਵੈਂਡਲ ਲੱਗੇ ਹੋਏ ਨੇ ਉਹਨਾਂ ਦਾ ਵੇਚਣ ਤੇ ਕਿਸੇ ਨੇ ਆਪਦਾ ਕੋខਾ ਲਿਆ ਹੋਇਆ ਹੈ ਕਿਸੇ ਨੇ ਕੁਛ ਲਿਆ ਪਿਆ ਹੈ ਹੈ ਨਾ এমਪਲੋਇਮੈਂਟ ਉਹਦੇ ਤੇ ਸਰਕਾਰ ਕੱਢ ਲਈ ਵੀ ਕਿੰਨਾ ਕ ਪੈਸਾ ਖਰਚਦੀ ਹੈ ਸਰਕਾਰ ਦਾ ਤਾਂ ਪੈਸਾ ਖਰਚ ਹੁੰਦਾ ਹੀ ਨਹੀਂ ਉਹ ਆਪਣੇ ਆਪ ਹੀ ਪੈਸਾ ਕੱਢ ਦੇਣਾ ਆਪਣਾ ਇਦਾਂ ਹੀ ਜੇ ਸੈਂਡ ਦੇ ਉੱਤੇ ਸ਼ਰਾਬ ਦੇ ਉੱਤੇ ਟਰਾਂਸਪੋਰਟ ਦੇ ਉੱਤੇ ਇਹ ਪ੍ਰੋਪਰ ਕਾਰਪੋਰੇਸ਼ਨ ਬਣਾ ਕੇ ਲੋਕਾਂ ਨੂੰ ਇੱਕ ਤਾਂ ਜੌਬ ਵਧੀਆ ਮਿਲਣਗੇ ਇੱਕ ਲੋਕਾਂ ਨੂੰ ਸਰਵਸ ਚੰਗੀ ਮਿਲੇਗੀ ਸਹੂਲਤ ਮਿਲੇਗੀ ਉਹਦੇ ਵਿੱਚ ਥੋੜਾ ਕੰਟਰੋਲ ਰੱਖਣਾ ਜ਼ਰੂਰੀ ਹੈ ਜੇ ਤੁਸੀਂ ਕੰਟਰੋਲ ਨਹੀਂ ਰੱਖੋਗੇ ਤਾਂ EMPLOYEES ਬਦਮਾਸ਼ੀ ਕਰਨ ਲੱਗ ਜਾਂਦਾ ਬਿਲਕੁਲ ਮੈਨੂੰ ਪਰਸੋਂ ਹੀ ਕਿਸੇ ਨੇ ਦੱਸਿਆ ਪਟਿਆਲੇ ਤੋਂ ਬਨੂਰ ਨੂੰ ਬੱਸ ਆ ਰਹੀ ਸੀ ਉਹਨੇ ਆਏ ਪੂਰੀ ਤਰ੍ਹਾਂ ਭਰ ਗਈ ਤੇ ਕੁੜੀਆਂ ਨੂੰ ਟੀਚਰਾਂ ਕਰਨ ਲੱਗਿਆ ਯੂਨੀਵਰਸਿਟੀ ਚੜੀਆਂ ਤਸ਼ਲੀਲ ਹਰਕਤਾਂ ਕਰਨ ਲੱਗਿਆ ਕੰਡੈਕਟਰ ਇੱਕ ਹੈਡਮਾਸਟਰ ਸੀ ਸਕੂਲ ਦਾ ਉਹਨੇ ਉਹਨੂੰ ਟੋਕਤਾ ਤੇ ਉਹਨਾਂ ਨੇ ਉਹਨੂੰ ਉੱਥੇ ਰਸਤੇ 'ਚ ਜਾਂਸਰੇ ਦੇ ਪੁਲ ਤੇ ਧੱਕੇ ਨਾਲ ਲਾਤਾ ਤੇ ਉਹਨੂੰ ਕੁੱਟਣ ਲੱਗੇ ਸੀ ਉਹਨੂੰ ਉੱਚਾ ਸੁਣਦਾ ਸੀ ਵਿਚਾਰੇ ਨੂੰ ਉਹਦੀ ਕੰਨਾਂ ਦੀ ਮਸ਼ੀਨ ਵੀ ਗਿਰ ਗਈ ਉਹਨੇ ਸ਼ਿਕਾਇਤ ਵੀ ਕਰ ਲਈ ਰਾਜਾ ਬੜਿੰਗ ਨੂੰ ਵੀ ਅਜੇ ਤੱਕ ਕੋਈ ਐਕਸ਼ਨ ਨਹੀਂ ਹੋਇਆ 11 ਅਕਤੂਬਰ ਦੀ ਘਟਨਾ ਹੈ ਅੱਛਾ ਜੀ ਔਰ ਕੰਡੈਕਟਰ ਤੇ ਡਰਾਈਵਰ ਅੱਛਾ ਜਿਹੜਾ ਇਨਕੁਆਰੀ ਉਹਨੇ ਹੋਰਿਸ਼ ਕਾਰਕਰੀ ਹੋਣੀ ਕਿਤੇ ਉਹ ਇਨਕੁਆਰੀ ਅਫਸਰ ਕਹਿੰਦਾ ਇਹ ਕੀ ਸਬੂਤ ਹੈ ਵੀ ਤੈਨ ਥੱਲੇ ਵੀ ਇਹ ਤਾਂ ਕਹਿੰਦੇ ਨੇ ਵੀ ਤੂੰ ਇਹਨਾਂ ਨੂੰ ਕੁੱਟਣ ਲੱਗਿਆ ਸੀ ਇੱਕ ਸਧਾਰਨ ਬੰਦੇ ਨੂੰ ਕਹਿ ਰਹੇ ਨੇ ਕਿ ਡਰਾਈਵਰ ਕੰਡਕਟਰ ਨੂੰ ਤੂੰ ਕੁੱਟਣ ਲੱਗਿਆ ਸੀ ਡਰਾਈਵਰ ਬੱਸ ਚ ਲਾ ਰਿਹਾ ਚੱਲਦੀ ਬੱਸ 'ਚ ਡਰਾਈਵਰ ਕੰਡਕਟਰ ਨੂੰ ਇੱਕ ਸਧਾਰਨ ਬੰਦਾ ਕੁੱਟਣ ਲੱਗਿਆ ਸੀ ਜਿਹੜਾ ਬੰਦਾ ਮਰ ਚੂਜਾ ਇਹ ਇਹ ਜਿਹੜਾ ਹਾਲ ਹੈ ਅਰੇ ਇਹ ਇੱਕ ਨਾਲ ਨਹੀਂ ਹੋਇਆ ਇਹ ਮੇਰੇ ਨਾਲ ਹੋਇਆ ਮੈਂ ਕਿਉਂਕਿ ਮੈਂ ਤਾਂ ਬੱਸਾਂ ਟ੍ਰੈਵਲ ਕਰਦਾ ਮੈਂ ਕਿਤੇ ਸ਼ਿਟੀ ਜੂਨ ਪਰ ਮੈਂ ਵੀ ਵਾਰਸ਼ਿਕ ਤੱਕੜੀਆਂ ਕਈ ਵਾਰ ਉਹਨਾਂ ਸਜ਼ਾ ਵੀ ਦਵਾਈ ਹੈ ਜਿੰਨਾ ਮਰਜ਼ੀ ਪੈਸਾ ਖਰਚ ਹੋ ਜਾਏ ਜਾਣਾ ਪੈਂਦਾ ਹੈ ਬੁਲਾਉਂਦੇ ਨੇ ਕਾਲੀ ਤੇ ਬੁਲਾਉਂਦੇ ਨੇ ਕਿਉਂਕਿ ਬਦਮਾਸ਼ੀ ਚੱਲਦੀ ਹੈ ਜਿਹੜੇ ਹੁਣ ਇਹ ਤਾਂ ਬਸਾਂ 'ਚ ਕਦੇ ਰਾਜਾ ਬਲਿੰਗ ਵਾਸਤੇ ਬੈਠੇ ਕਦੇ ਜੰਨੀ ਵਾਸਤੇ ਬੈਠੇ ਕਦੇ ਮਨਪ੍ਰੀਤ ਬਸ 'ਚ ਬੈਠੇ ਇਹਨਾਂ ਨੇ ਨਾ ਬਸ 'ਚ ਬੈਠਣਾ ਹੈ ਨਾ ਇਹਨਾਂ ਨੇ ਕਿਸੇ ਸਰਕਾਰੀ ਸਕੂਲ 'ਚ ਕੋਈ ਕੰਮ ਜਾਣਾ ਹੈ ਇਹਨਾਂ ਤਾਂ ਅਫਸਰ ਦੇ ਤੌਰ ਤੇ ਜਾਣਾ ਹੈ ਜਦ ਬੰਦਾ ਨਾ ਉਥੇ ਸੇਵਾ ਲੈਣ ਵਾਲੇ ਦੇ ਤੌਰ ਤੇ ਬਸ 'ਚ ਬੈਠੇ ਆਖਣੇ ਚ ਜਾਵੇ ਸਕੂਲ ਚ ਜਾਵੇ ਹਸਪਤਾਲ ਚ ਜਾਵੇ ਤਹਿਸੀਲੇ ਜਾਵੇ ਕੋਪਰਟ ਟੂ ਸਟੱਡੀ ਦੇ ਦਫਤਰ ਇਸ ਤੋਂ ਤੱਕ ਵੀ ਜਾਵੇ ਫਿਰ ਉਹਨੂੰ ਪਤਾ ਲੱਗਦਾ ਵੀ ਕਿਹੜੇ ਭਾਅ ਵਿਕਦੀ ਹੈ ਬਿਜਲੀ ਬੋਰਡ ਦੇ ਦਫਤਰ ਜਾਵੇ ਬਿੱਲ ਭਰਨ ਚ ਲਿਆ ਜਾਵੇ ਫਿਰ ਉਹਨੂੰ ਪਤਾ ਲੱਗਦਾ ਕਿਹੜੇ ਭਾਅ ਵਿਕਦੀ ਹੈ ਵੀਡੀਓ ਦੇ ਦਫਤਰ ਚ ਲਿਆ ਜਾਵੇ ਤੁਸੀਂ ਗੱਲਾਂ ਕੀ ਕਰਦੇ ਹੋ ਇਹ ਗੱਲਾਂ ਮਾਰਦੇ ਨੇ ਲੋਕਾਂ ਨੂੰ ਵੀ ਅਸੀਂ ਆ ਕਰਦਾਂਗੇ ਵਿਹਾਰ ਦੇ ਵਿੱਚ ਚੋਣ ਹੋਈ ਮੈਂ ਕਿਉਂ ਕਹਣਾ ਇਹ ਵਿਹਾਰ ਚੋਣ ਹੋਈ ਕਿਸੇ ਨੇ ਆਖਿਆ ਵੀ ਹੁਣ ਤਾਂ ਦਾਦੂ ਪ੍ਰਸ਼ਾਦ ਜਾ ਲਾਵੇ ਕਿ ਆਗੇ ਹੁਣ ਤਾਂ ਕੁਝ ਹੋ ਜੂ ਕਹਿੰਦਾ ਜੀ ਵੀਡੀਓ ਤੋਂ ਵਹੀ ਹੈ ਨਾ ਬਿਲਕੁਲ ਚੋਰੀ ਉੱਤੇ ਤਾਂ ਕਹ ਸਕਵਿੰਦਰ ਸਿੰਘ ਜੀ ਚੋਲ ਤੇ ਰਲੇ ਹੋਏ ਨੇ ਇਹ ਤੇ ਮੈਨੂੰ ਕੋਈ ਸ਼ੱਕ ਨਹੀਂ ਕਹਨ ਚ ਇਹ ਫੜਨਾ ਵੀ ਨਹੀਂ ਚਾਹੁੰਦੇ ਨਾ ਇਹ ਫੜਨ ਕਿਉਂਕਿ ਸਾਰੀ ਬਿਊਰੋਕ੍ਰੇਸੀ ਉਹਨੂੰ ਤੇ ਕਲਪਸਮ ਹੈ ਇਹ ਕੀ ਹੋ ਗਿਆ ਬਿਲਕੁਲ ਕਿਹੜਾ ਮੁਲਾਜ਼ਮ ਹੈ ਕਿਹੜੀ ਬਿਊਰੋਕ੍ਰੇਸੀ ਆ ਜਿਹੜੀ ਇਹ ਕਹੇ ਵੀ ਹਾਂ ਜੀ ਬਿਲਕੁਲ ਚਾਹੇ ਫਾਹੇ ਢੰਗ ਦੋ ਜਿਹੜਾ ਕਸਮ ਤੱਕ ਬਾਰੇ ਕਹਿ ਕੇ ਦਿਖਾਓ ਬਿਲਕੁਲ ਨਹੀਂ ਹਾਂ ਜੇ ਸਖਤੀ ਕਰਨਗੇ ਕਰਨੇ ਕਿ ਕੀ ਜਿਹੜੇ ਇਹਨਾਂ ਦੇ ਖਿਲਾਫ ਬੋਲਦੇ ਨੇ ਜਿਹੜੇ ਇਮਾਨਦਾਰ ਨੇ ਉਹਨਾਂ ਨੂੰ ਝੂਠਾ ਫਸਾ ਦੇਣਗੇ ਸ਼ਕਤੀ ਵੀ ਦਾ ਹੈ ਵੀ ਕਰਦੇ ਨੇ ਸ਼ਕਤੀ ਦਾ ਬਹਾਨਾ ਲਾ ਕੇ ਜਿਹੜੇ ਇਮਾਨਦਾਰ ਨੇ شریف ਨੇ ਉਹਨਾਂ ਨੂੰ ਟੰਗ ਦਿੰਦੇ ਵੀ ਲੈ ਬੱਚੂ ਤੂੰ ਜਿਆਦਾ ਬੋਲਦਾ ਸੀ ਨਾ ਉਹਦਾ ਕੋਈ ਨਾ ਕੋਈ ਨੁਕਸ ਕੱਢ ਕੇ ਕੋਈ ਨੁਕਸ ਹੀ ਕੱਢਣਾ ਫਿਰ ਉਹਨੂੰ ਜਸਟੀਫਾਈ ਕਰੀ ਜਾਣਾ ਵੀ ਨਹੀਂ ਇਹ ਤਾਂ ਨੁਕਸਾ ਪੱਕਾ ਹੀ ਇਹ ਤਾਂ ਇਹ ਤਾਂ ਪੂਰਾ ਅਸਮਾਨ ਥੱਲੇ ਡਿੱਗ ਜਾਣਾ ਸੀ ਮੈਂ ਕਿਉਂਕਿ ਮੈਂ ਮੈਚ ਰਿਹਾ ਮੈਂ ਇਹਨਾਂ ਦੇ ਉਹ ਸਾਰੇ ਟਕਵੰਚ ਦੇਖੇ ਨੇ ਮੈਂ ਇਹਨਾਂ ਦੇ ਪੈਸੇ ਖਾਂਦੇ ਦੇਖੇ ਨੇ ਮੈਂ ਬੰਦੇ ਸਸਪੈਂਡ ਕਰਾਏ ਨੇ ਕਿ ਮੈਂ ਚੋਰੀਆਂ ਰੋਕੀਆਂ ਨੇ ਤਾਂ ਮੈਂ ਕਹਿਣਾ ਮੈਂ ਇਨੀ ਵੀ ਮੈਂ ਮੈਂ ਰੋਕੀਆਂ ਮੈਨੂੰ ਪਤਾ ਮੇਰੇ ਤੇ ਬਥੇਰੇ ਹਮਰੇ ਵੀ ਹੁੰਦੇ ਸੀ ਮੇਰੀਆਂ ਬਦਲੀਆਂ ਨਹੀਂ ਰਾਤੋਂ ਰਾਤ ਬਦਲੀ 14 ਅਗਸਤ ਨੂੰ ਚੱਕ ਕੇ ਕਰਤੀ ਗੁਰਦਾਸਪੁਰ ਫਿਰ ਕਿਹਾ ਮੈਂ ਹਟ ਗਿਆ ਅਜੀ ਉੱਥੇ ਜਾ ਕੇ ਰੌਲਾ ਪਾਇਆ ਵੀ ਦਸਤੂਆ ਦਵਾਈਆਂ ਮਾਰੀਆਂ ਕਿਉਂ ਨੇ ਬਰਨਾਲਾ ਸਾਹਿਬ ਦੇ ਮੁੰਡੇ ਦੀ ਫੈਕਟਰੀ ਸੀ ਅਸੀਂ ਉਹਦੀਆਂ ਦਵਾਈਆਂ ਤੇ ਬੈਂਡ ਲਵਾਤਾ ਸੀ ਖਰੀਦਣ ਤੇ ਵੀ ਘਟਿਆ ਨੇ ਜੀ ਬਿਲਕੁਲ ਜ਼ਰੂਰ ਤੁਹਾਨੂੰ ਆ ਮੈਂ ਕਹਿਣਾ ਜਦ ਤੱਕ ਤੁਸੀਂ ਇਸ ਗੱਲ ਤੇ ਨਹੀਂ ਕੋਈ ਗੱਲ ਨਹੀਂ ਤੁਸੀਂ ਜਿਹੜੀ ਸਜ਼ਾ ਦੇਣੀ ਦੇ ਲਿਓ ਤੁਸੀਂ ਕਤਲ ਕਰਨਾ ਕਰ ਦਿਓ ਤੁਸੀਂ ਝੂਠਾ ਕੇਸ ਬਣਾਉਣਾ ਬਣਾ ਦਿਓ ਤੁਸੀਂ ਝੂਠੀਆਂ ਸ਼ਿਕਾਇਤਾਂ ਕਰਨੀਆਂ ਕਰ ਦਿਓ ਮੈਂ ਕੀ ਕਰ ਸਕਦਾ ਬਿਲਕੁਲ ਤੁਸੀਂ ਘਰ ਨੂੰ ਅੱਗ ਲਾਉਣੀਆਂ ਲਾ ਦਿਓ ਹੁਣ ਇੱਥੇ ਟਰਾਲੀਆਂ ਨੂੰ ਅੱਗ ਨਹੀਂ ਲਾਈ ਜਾਂਦੇ ਕਿਸਾਨਾਂ ਦੀਆਂ ਨੂੰ ਬਿਲਕੁਲ ਉਹਨਾਂ ਨੂੰ ਕਤਲ ਨਹੀਂ ਕਰਤਾ ਫਿਰ ਤੁਹਾਨੂੰ ਲੜਾਈ 'ਚ ਤਾਂ ਕਰਨੀ ਪੈਂਦਾ ਪਰ ਤੁਹਾਨੂੰ ਨੰਗੇ ਟੜ ਹੋ ਕੇ ਲੜਨਾ ਪੈਂਦਾ ਹੈ ਸੁਖਵਿੰਦਰ ਜੀ ਮਾਫੀਆ ਹੈਗਾ ਸ਼ਰਿਆਂ 'ਮੈਂ ਅਫਸਰ ਰੜੇ ਹੋਏ ਨੇ ਜਿੰਨਾ ਚਿਰ ਮਾਫੀਆ ਖੜ ਨਹੀਂ ਹੁੰਦਾ 5 ਰੁਪਏ ਕਰ ਲੈ 9 ਰੁਪਏ ਕਰ ਲੈ 7 ਰੁਪਏ ਦੇਖੋ ਤਾਂ 9 ਰੁਪਏ ਹੈਗਾ ਫਿਰ 9 ਰੁਪਏ ਮਿੰਦਾ ਸੀ ਰੇਤਾ ਇਹਨੂੰ ਪੁੱਛ ਲੋ ਦਸਲਵਈ ਵੀ ਮੇਰਦਾ ਸੀ 15 ਰੁਪਏ ਵਿਖਦਾ ਸੀ ਰਿੱਤਾ ਐਸੀ ਆਪ ਹੀ ਕਹਿੰਦੇ ਨੇ ਬੰਦੇ ਦੀ ਸਰਕਾਰ ਜੇ 15 ਰੁਪਏ ਵਿਖਦਾ ਸੀ ਫਿਰ 6 ਰੁਪਏ ਫੋਟੋ ਹੋ ਗਈ ਟਰਾਂਸਪੋਰਟਰ ਰੇਟ ਸਾਬ ਤਾਂ ਲਾਉਣਾ 9 ਰੁਪਏ ਤਾਂ ਉੱਥੋਂ ਚੁਕਾਇਆ ਬਾਕੀ ਤਾਂ ਟਰਾਂਸਪੋਰਟਰ ਦਾ ਰਿਸ਼ੀ ਪਾਉਣਾ ਸੀ ਨਾ ਵਿੱਚ ਲਿਖਿਆ ਰੂਪ ਦੇ ਇਹਨਾਂ ਦੇ ਆਪਦੇ ਆਪਦੇ ਰੂਪ ਤੇ ਲਿਖਿਆ ਵੀ ਇਸ ਤੋਂ ਵੱਧ ਚਾਰਜ ਨਹੀਂ ਕਰਨਾ ਨੋਟਿਸ ਕਿ ਜਨਾ ਹੈ 2018 ਦੀ ਫਿਰ ਲਾਗੂ ਕਿ ਨਹੀਂ ਹੋਈ ਬਈ ਸੋ ਚਲੋ ਅਗਲੀ ਗੱਲ ਮੈਂ ਤਾਂ ਕਹਿਣਾ ਛੋਟੀ ਜੀ ਹੋਰ ਉਧਾਰ ਦੇ ਨਵੀ ਕਿਵੇਂ ਕਰਦੇ ਨੇ ਰਲੇ ਹੋਏ ਕਿਵੇਂ ਹੁੰਦੇ ਨੇ ਜਿਵੇਂ ਪਹਿਲਾਂ ਨਾ ਤੇਲ ਦੀਪੂਆਂ ਤੇ ਮਰਦਾ ਸੀ ਉਦੋਂ ਸਟੋਰ ਵਾਲਦੇ ਸੀ ਲੋਗ ਤੇਲ ਵਾਲੇ 40 ਸਾਲ ਪਹਿਲਾਂ ਨਹੀਂ ਕਰਦਾ ਸੀ ਦੀਪੂ ਵਾਲੇ ਨੇ ਸੌਦਾ ਕਰਿਆ ਹੁੰਦਾ ਉਹਦੇ ਕੋਲ 4 ਢੂਮ ਤੇਲ ਦੇ ਆ ਜਾਂਦੇ ਨੇ ਉਹਨੂੰ ਇੱਕ ਟੋਲ ਟੋਕਾ ਨੂੰ ਵੰਡ ਦੇਣਾ ਮਜਮਾ ਜਿਹਾ ਲਾ ਕੇ ਤਿੰਨ ਢੋਲੋਂ ਨੇ ਬਲੈਕ ਚ ਵੇਚ ਦੇਣੇ ਇਹ ਉਹਦਾ ਆਮ ਹੀ ਕੰਮ ਹੁੰਦਾ ਜੇ ਕੋਈ ਬੋਲਦਾ ਉਹਨੂੰ ਡਰ ਹੁੰਦਾ ਵੀ ਬੋਧੂਗਾ ਉਹਨੂੰ ਕਹਿੰਦਾ ਲੈ ਤੇਰੀ ਪੂਰੀ ਪੀਪੀ ਪਰਸ ਤੇ ਲੈ 5 ਲੀਟਰ ਵੀ ਨਹੀਂ ਕਿਸੇ ਨੂੰ 2 ਲੀਟਰ ਦੇ ਦੇਣਾ ਕਿਸੇ ਨੂੰ 1 ਲੀਟਰ ਦੇਣਾ ਕਹਿੰਦਾ ਵਸ ਖਤਮ ਹੋ ਗਿਆ ਜੀ ਹੁੰਦਾ ਇਹ ਸਾਰੇ ਰਲੇ ਹੋਏ। ਸਭ ਰਲੇ ਪਏ। ਡੀ ਆਫਐਸ ਡਿਸਟ੍ਰਿਕਟ ਫੂਡ ਸਪਲਾਈਜ਼ ਅਫਸਰ ਹੁੰਦਾ ਇੱਕ। ਉਹ ਉਹ ਡੀਪਾਣਾ ਤੋਂ ਮਹੀਨਾ ਇਕੱਠਾ ਕਰਦਾ ਸੀ। ਹੁਣੇ ਕਰਨਗੇ ਤੂੰ ਤਾਂ ਹਰੇਕ ਨੂੰ ਹੀ ਕਹੀ ਜੰਨਾ ਹੈ। ਹਰੇਕ ਹੈਗੇ ਚੋਰ ਮੈਂ ਕੀ ਕਰ ਸਕਦਾ? ਜਾਂਦੇ ਉਹ ਕਰਦੇ ਨੇ ਚੋਰੀ ਜਾਂ ਫਿਰ ਐ ਕਰ ਲੈਣਾ। ਸਭ ਦੀ ਜਾਇਦਾਦ ਜਿੰਨੇ ਅਧਿਕਾਰੀ ਰਹੇ ਨੇ ਕਲਰਕ ਤੋਂ ਲੈ ਕੇ ਉੱਤੇ ਤੱਕ ਮਾਸਟਰ ਤੋਂ ਲੈ ਕੇ ਸਭ ਦੀ ਜਾਇਦਾਦ ਦੇਖਣਾ। ਬੀੜਾ ਬੱਚੂ ਤੇਰੇ ਕੋਲ ਐਂ ਦੱਸਿਆ ਆਈ ਕਿੱਥੋਂ ਹੈ। ਕਿੱਥੋਂ ਆਈ? ਬਿਲਕੁਲ। ਹਾਂ। ਪੁੱਢ ਜਾਨ ਨੂੰ ਖਾਇਆ ਕੀ ਪੁੱਢ ਜਾਨੋਂ ਨੇ ਹਵਾਈਅਾ ਚ ਸਾਰਾ ਕਿੰਨੀਆਂ ਕਰੀਆਂ ਪੁੱਢ ਜਾਨੋਂ ਨੇ ਨਾਸ ਕਿੰਨੇ ਕਰਾਏ ਪੁੱਢ ਜਾਨ ਸ਼ਰਾਬ ਕਿੰਨੀ ਪੀ ਗਿਆ ਜਿੰਨੀ ਹੋਣ ਜਾਇਦਾ ਦਾ ਉਹਦੇ ਕੋਲੇ ਜਿਹੜੇ ਮਰਜੀ ਅਫਸਰ ਦੀ ਬਿਲਾ ਐਂਡਰ ਆਈ ਕਿਤੋਂ ਆ ਕੀ ਅਗਲਾ ਕਰਦੇ ਨੇ ਚੋਰੀਆਂ ਕਰਨ ਚ ਆਪ ਰਹੇ ਹੋਏ ਨੇ ਹੁਣ ਐਨੀ ਥੋੜਾ 400 ਕਰੋੜ ਦੀ ਬਣ ਜਾਂਦੀ ਜਿਹਦੇ 2 ਕਰੋੜਾਂ ਦੀ 400 ਕਰੋੜ ਦੀ ਕਿਵੇਂ ਬਣ ਗਈ ਬਿਲਕੁਲ ਬਿਲਕੁਲ ਮੈਂ ਤਾਂ ਸਾਰੀ ਉਮਰ ਇੰਨੀ ਤਨਖਾਹ ਲੈੰਦਾ ਰਹੇ ਮੇਰੇ ਕੋਲ ਤਾਂ ਮੇਰੇ ਕੋਲ ਤਾਂ 10 ਕਰੋੜ ਨਹੀਂ ਹੋ ਸਕਦਾ 5 ਨਹੀਂ ਹੋ ਸਕਦਾ 2 ਨਹੀਂ ਹੋ ਸਕਦਾ ਤੇ 3 ਨਹੀਂ ਹੋ ਸਕਦਾ ਕਿ ਆ ਕਿੱਥੋਂ ਗੱਲਾਂ ਕਰਦੇ ਨੇ ਇਹ ਦੋਨੇ ਮੀਆਂ ਵੀ ਵੇਸੀ ਨੌਕਰੀ ਕਰਦੇ ਸੀ ਦਾ ਰੋਟੀ ਖਾਣ ਵਾਲਿਆਂ ਨਾ ਅੰਡੇ ਖਾਣਿਆਂ ਨਾ ਮੀਟ ਖਾਣਿਆਂ ਮੈਂ ਤਾਂ ਕਹਿਣਾ ਪਤਾ ਲੱਗ ਜਾਂਦਾ ਵੀ ਇਹ ਕੀ ਕਰਦੇ ਨੇ ਸੋ ਵੱਡੀਆਂ ਗੱਡੀਆਂ ਐਸ਼ ਕਰਦੇ ਨੇ ਪੈਸਾ ਲੋਕਾਂ ਦਾ ਗਰੀਬ ਆਦਮੀ ਭੁੱਖਾ ਮਰੀ ਜਾਂਦਾ ਉਹਦੇ ਤੇ ਇਹਨਾਂ ਨੂੰ ਸੂਲ ਪੈਣ ਲੱਗ ਜਾਂਦਾ ਵੀ ਇਹਨੂੰ ਜੀ ਬਿਜਲੀ ਕਿਉਂ ਮਾਫ ਕਰਤੀ ਇਹਨੂੰ ਪਾਣੀ ਉਹਨੂੰ ਕਹਿੰਦੇ ਤੂੰ ਮੰਗਤਾ ਬਣ ਜਾ ਉਹ ਮੰਗਦਾ ਨਹੀਂ ਹੈ ਜਨਾਬ ਜਿਹੜਾ ਬੰਦਾ ਦਿਹਾੜੀ ਕਰ ਰਿਹਾ ਹੈ ਨਾ ਉਹ ਇਹਨਾਂ ਤੋਂ ਜ਼ਿਆਦਾ ਪੈਸਾ ਦੇ ਰਿਹਾ ਹੈ ਸਟੇਟ ਨੂੰ ਤਾਂ ਸਾਨੂੰ ਸੀਰੀਅਸਲੀ ਜਿਹੜੇ ਤੁਹਾਡੇ ਸਵਾਲ ਕਰ ਲਓ ਹੁਣ ਜੇ ਇੱਕ ਅੱਧਾ ਮੋٹے ਤੋਟੇ ਕਹਿੰਦੀ ਰੋਡ ਹੈ ਕਿ ਮਾਫੀਆ ਮਾਈਨਿੰਗ ਦਾ ਸ਼ਰਾਬ ਦਾ ਸਿੱਖਿਆ ਦਾ ਨੌਕਰੀਆਂ ਦਾ ਟਰਾਂਸਪੋਰਟ ਦਾ ਇਹ ਸਾਰੇ ਕੇਬਲ ਦਾ ਇਹ ਸਾਰੇ ਮਾਫੀਏ ਬੰਦ ਕਰਕੇ ਜੇ ਅਸੀਂ ਕਾਰਪੋਰੇਸ਼ਨਾਂ ਬਣਾ ਕੇ ਜੇ ਕੋਆਪਰੇਟਿਵ ਸਿਸਟਮ ਦੇ ਵਿੱਚ ਚਲਾਵਾਂਗੇ ਤਾਂ ਲੋਕਾਂ ਨੂੰ ਨੌਕਰੀਆਂ ਵੀ ਚੰਗੀਆਂ ਮਿਲਣਗੀਆਂ ਨੌਜਵਾਨ ਪੜ੍ਹੇ ਲਿਖਿਆ ਨੂੰ ਲੜਕੇ ਲੜਕੀਆਂ ਨੂੰ ਲੋਕਾਂ ਨੂੰ ਸੇਵਾ ਵੀ ਠੀਕ ਮਿਲੇਗੀ ਭਾਅ ਵੀ ਸਸਤੇ ਰਹਿਣਗੇ ਸਰਕਾਰ ਦੇ ਖਜ਼ਾਨੇ 'ਚ ਵੀ ਕੁਝ ਆ ਜਾਊਗਾ ਜੇ ਨਹੀਂ ਕਰਾਂਗੇ ਇੰਨੀਆਂ ਤੱਕ ਤਾਂ ਸਾਡੇ ਕੋਲ ਹੈਗੀਆਂ ਬਾਕੀ ਤਾਂ ਕੇਂਦਰ ਦੇ ਕੋਹੜੀਆਂ ਨਾ ਇਹ ਤੱਕ ਤਾਂ ਸਾਡੇ ਕੋਲ ਨਹੀਂ ਜੇ ਇਹਨਾਂ ਦੀ ਵਰਤੋਂ ਵੀ ਅਸੀਂ ਸਹੀ ਕਰ ਲਈਏ ਤਾਂ ਵੀ ਪੰਜਾਬ ਦਾ ਕੁਝ ਨਾ ਕੁਝ ਕਰ ਸਕਦੀ ਹੈ ਸ਼ੁਕਰੀਆ ਡਾਕਟਰ ਸਭ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸੋ ਦੂਜਾ ਮੈਂ ਡਾਕਟਰ ਪਿਆਰਾ ਲਾਲ ਗਰਗ ਸਵਾਲ ਕਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ ਜਦੋਂ ਹਰ ਮਸਲੇ ਦੇ ਉੱਤੇ ਰੌਂਗਟੇ ਖੜੇ ਕਰਦੇ ਖੁਲਾਸੇ ਹੁੰਦੇ ਤੁਹਾਨੂੰ ਸਾਨੂੰ ਸਭ ਨੂੰ ਪਤਾ ਪਰ ਜ਼ਰੂਰਤ ਹੋਣੀ ਚਾਹੀਦੀ ਹੈ ਕਿ ਕੋਈ ਸਰਕਾਰ ਦੀ ਅੱਖ 'ਚ ਅੱਖ ਪਾ ਕੇ ਕਹੇ ਕਿ ਤੁਸੀਂ ਭ੍ਰਿਸ਼ਟਾਚਾਰ ਨੂੰ ਸ਼ਹਿ ਦਿੱਤੀ ਹੈ ਅੱਜ ਵੀ ਜੇ ਸਰਕਾਰ ਇਸ ਨੂੰ ਮੰਨ ਕੇ ਤੇ ਕੰਟਰੋਲ ਕਰ ਲੇ ਤਾਂ ਪੰਜਾਬ ਦਾ ਭਲਾ ਹੋ ਸਕਦਾ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ ਮੈਨੂੰ ਇਜਾਜ਼ਤ ਦਿਓ ਧੰਨਵਾਦ